ਟਿੰਡੇ ਟੇਡੇ ਮੂੜ ਆਉਣਗੇ ਪੈਰਾਂ ਥੱਲੇ ਰੂੜ ਆਉਣਗੇ, ਵਿੰਗੇ ਟੇਡੇ ਮੂੜ ਆਉਣਗੇ ਪੈਰਾਂ ਥੱਲੇ ਰੂੜ ਆਉਣਗੇ, ਧੁੱਪਾਂ ਦੇਖ ਕੇ ਡਰਨਾ ਜਾਵੀਂ ਅੱਗੇ ਸੰਘਣੇ ਬੋੜ ਆਉਣਗੇ, ਹਰ ਕੋਈ ਹਮਰਾਜ ਨਹੀਂ ਹੁੰਦਾ, ਰਾਹ ਵਿੱਚ ਲੋਕ ਕਰੋੜ ਆਉਣਗੇ, ਕੁਝ ਖੜਨਗੇ ਦੁੱਖਾਂ ਦੇ ਵਿੱਚ, ਕੁਝ ਪੈ ਗਈ ਤਾਂ ਲੋੜ ਆਉਣਗੇ, ਕਰਮ ਕਰੀ ਜਾ ਸੱਚੇ ਦਿਲ 'ਚੋਂ ਆਊ ਵਕਤ ਨਿਚੋੜ ਆਉਣਗੇ, ਕਰਮ ਕਰੀ ਜਾ ਸੱਚੇ ਦਿਲ ਤੋਂ ਆਊ ਵਕਤ ਨਿਚੋੜ ਆਉਣਗੇ। ਰਾਜ ਕਾਕੜੇ ਦੀਆਂ ਲਿਖੀਆਂ ਹੋਈਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹਦੇ ਵਿੱਚ ਆਪਾਂ ਕਰਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ ਟੈਲੀਫੋਨ 'ਤੇ, ਤੁਹਾਡੀਆਂ ਕਾਲਾਂ ਆਉਂਦੀਆਂ, ਕੋਈ ਨਾ ਕੋਈ ਵਿਸ਼ਾ ਲੈ ਕੇ ਉੱਡਦੀਆਂ ਖਬਰਾਂ ਹੁੰਦੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਪੂਰੀ ਅਮੈਰੀਕਾ ਦੇ ਵਿੱਚ ਬੈਠੇ ਪੰਜਾਬੀਆਂ ਦੇ ਚਰਨਾਂ ਦੇ ਵਿੱਚ। ਇੱਕ ਮਰਦਮਸ਼ੁਮਾਰੀ ਇੰਡੀਆ ਦੇ ਵਿੱਚ ਹੁੰਦੀ ਸੀ, ਮੈਨੂੰ ਯਾਦ ਹੈ, ਅਤੇ ਉਹ ਲੈ ਕੇ ਕਾਪੀ ਪੈੱਨ ਤਿੰਨ ਚਾਰ ਜਣੇ ਬੂਹੇ ਦੇ ਅੱਗੇ ਨੌਕ ਕਰਕੇ ਪੁੱਛਦੇ ਹੁੰਦੇ ਸੀ ਵੀ ਨਿਆਣੇ ਕਿੰਨੇ ਕਿੰਨੇ ਆ, ਕਿਹਦੀ ਕਿੰਨੀ ਉਮਰ ਆ, ਅਤੇ ਉਦੋਂ ਅੰਦਾਜ਼ੇ ਜਿਹਾ ਲਿਖਾਉਂਦੇ ਹੁੰਦੇ ਸੀ। ਕਈ ਵਾਰੀ ਨਿਆਣੇ ਹਜੇ ਇੱਕ ਦੋ ਪਏ ਹੁੰਦੇ ਸੀ ਅਤੇ ਉਮਰ ਹਜੇ ਮੁੱਕ ਜਾਂਦੀ ਸੀ ਉਸ ਜਨਾਨੀ ਦੀ ਜਿਹਦੇ ਲਿਖਦੇ ਹੁੰਦੇ ਸੀ ਵੀ ਕਿੰਨੇ ਨਿਆਣੇ ਆ, ਉਹ ਅੰਦਾਜ਼ੇ ਜਿਹਾ ਲਿਖਾਉਂਦੇ ਹੁੰਦੇ ਸੀਗੇ। ਉਹ ਮਰਦਮਸ਼ੁਮਾਰੀ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰਨੀ ਅਮੈਰੀਕਾ ਦੀ ਮਰਦਮਸ਼ੁਮਾਰੀ ਦੀ, ਜਿਹੜੀ ਕਿ 1 ਅਪ੍ਰੈਲ ਨੂੰ ਹੋ ਰਹੀ ਹੈ। ਇਸ ਮਰਦਮਸ਼ੁਮਾਰੀ ਦੀ ਖਾਸੀਅਤ ਇਹ ਹੈ, ਜਿਵੇਂ ਕਿ ਇਸ ਤੋਂ ਪਹਿਲਾਂ ਤੁਸੀਂ ਮੁੱਦਾ ਵੀ ਦੇਖਿਆ ਕਿ ਪੰਜਾਬੀ ਕਮਿਊਨਿਟੀ ਨੂੰ ਅਲੱਗ ਪਛਾਣ ਮਿਲ ਸਕਦੀ ਇਹਦੇ ਵਿੱਚ, ਹਰ ਕਮਿਊਨਿਟੀ ਨੂੰ। ਕਰਨਾ ਕੀ ਹੈ ਅਸੀਂ ਕਿ ਉਹਦੇ 'ਚ ਲਿਖਣਾ ਬਕਾਇਦਾ, ਜਦੋਂ ਫਾਰਮ ਭਰਨਾ, ਚਾਹੇ ਤੁਸੀਂ ਲੀਗਲ ਹੋ ਇਨਲੀਗਲ ਹੋ, ਜਿਵੇਂ ਕਿ ਦੱਸਿਆ ਸੀ ਸਾਡੇ ਕਾਲਰ ਬਹਾਦਰ ਸਿੰਘ ਨੇ, ਫਾਰਮ ਭਰਨਾ ਅਤੇ ਉਹਦੇ 'ਚ ਪੰਜਾਬੀ ਜ਼ੁਬਾਨ ਲਿਖਾਉਣੀ ਹੈ, ਚਾਹੇ ਤੁਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋ, ਚਾਹੇ ਕਿਸੇ ਵੀ ਮੁਲਕ ਦੇ ਨਾਲ ਸੰਬੰਧਿਤ ਹੋ। ਅਗਰ ਜੋ ਤੁਸੀਂ ਪੰਜਾਬੀ ਲਿਖੋਗੇ ਤਾਂ ਪੰਜਾਬੀ ਦੀ ਗਿਣਤੀ ਹੋਏਗੀ, ਤਾਂ ਉਹ ਪੰਜਾਬੀਆਂ ਨੂੰ ਅਕਾਊਂਟ ਕਰਨਗੇ ਵੀ ਇੰਨੀ ਪੰਜਾਬੀ ਸਾਡੇ ਲੋਕ ਹੈਗੇ ਨੇ। ਔਰ ਉਹ ਪੰਜਾਬੀਆਂ ਦੀ ਜਦੋਂ ਗਿਣਤੀ ਹੋਏਗੀ, ਪਤਾ ਲੱਗਿਆ ਅਸਲ ਪੰਜਾਬੀਆਂ ਦੀ ਗਿਣਤੀ ਵੱਧ ਤੋਂ ਵੱਧ ਹੈਗੀ ਆ, ਤਾਂ ਉਹਦਾ ਸਾਨੂੰ ਫਾਇਦਾ ਹੋਏਗਾ। ਸਾਡੇ ਕੋਲ ਆ ਕੇ ਲੀਡਰ ਜਿਹੜੇ ਹੈਗੇ ਨੇ, ਕੋਈ ਵੀ ਪੋਲੀਟੀਕਲ ਪਾਰਟੀ ਆ ਕੇ ਸੰਪਰਕ ਕਰਦੀ ਆ ਕਿ ਸਾਨੂੰ ਵੋਟਾਂ ਪਾਓ ਅਤੇ ਅਸੀਂ ਤੁਹਾਡੀ ਕਮਿਊਨਿਟੀ ਵਾਸਤੇ ਆ ਕਰਾਂਗੇ। ਸੋ ਇੱਕ ਮੈਂ ਬੇਨਤੀ ਇਹ ਕਰਦਾ ਦਰਸ਼ਕਾਂ ਨੂੰ, ਮੈਂ ਖਾਸ ਤੌਰ 'ਤੇ, ਕਿ ਇਹਦਾ ਪ੍ਰੋਸੀਜਰ ਕੀ ਹੈ, ਜੇ ਸਾਡੇ ਦਰਸ਼ਕਾਂ ਨੂੰ ਪਤਾ ਹੋਵੇ ਔਨਲਾਈਨ ਪ੍ਰੋਸੀਜਰ ਕੀ ਹੈ, ਜਾਂ ਫਿਰ ਅਸੀਂ ਕਿੱਥੇ ਜਾ ਕੇ ਇਹ ਵੋਟ ਜਿਹੜੀ ਆਪਣੀ ਦਰਜ ਕਰ ਸਕਦੇ ਹਾਂ, ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ। ਔਰ ਮੈਂ ਬੇਨਤੀ ਇਹੀ ਕਰਦਾ ਵੀ ਸਾਰੇ ਜਣੇ ਜਿੰਨੇ ਹੈਗੇ ਨੇ, ਉਹ ਕਹਿੰਦੇ ਇਹੀ ਸੀਗੇ ਕਿ ਕੋਈ ਚਾਹੇ ਬੱਚਾ ਚਾਹੇ ਵੱਡਾ ਚਾਹੇ ਇਲੀਗਲ ਚਾਹੇ ਇਲੀਗਲ, ਹਰ ਬੰਦਾ ਆਪਣਾ ਉੱਥੇ ਨਾਮ ਦਰਜ ਕਰਾਵੇ ਅਤੇ ਆਪਣੀ ਮਾਂ ਭਾਸ਼ਾ ਪੰਜਾਬੀ ਲਿਖਾਵੇ। ਚਲੋ, ਕੁਰਸੀ 'ਤੇ ਬੈਠਣ ਤੋਂ ਪਹਿਲਾਂ ਕਰੋਨਾ ਵਾਇਰਸ ਸਾਹਿਬ ਦੀ ਵੀ ਗੱਲ ਕਰ ਲਈਏ। ਚੱਲੀ ਜਾਂਦਾ, ਪੂਰਾ ਸੁਪਰ ਹਿੱਟ ਹੈ ਪੁਰਾਣੇ ਸਿੰਗਰਾਂ ਦੀਆਂ ਕੈਸਟਾਂ ਦੇ ਵਾਂਗੂ। ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਵੀ ਬੰਦਾ ਵਰਲਡ ਟੂਰ ਕਰਦਾ ਸੀ, ਆਪਦੇ ਪੱਲਿਓਂ ਪੈਸੇ ਖਰਚ ਕੇ ਵਰਲਡ ਟੂਰ ਕੇ ਦੱਸਦਾ ਆ ਕੇ ਵੀ ਮੈਂ ਵਰਲਡ ਟੂਰ ਕਰਕੇ ਆਇਆ, ਫਲਾਣੇ ਫਲਾਣੇ ਮੁਲਕ ਗਿਆ, ਫਲਾਣੇ ਫਲਾਣੇ ਮੁਲਕ ਗਿਆ, ਅਤੇ ਬੜੇ ਮਾਣ ਨਾਲ ਦੱਸਦਾ ਵੀ ਇੰਨਾ ਕੁ ਮੇਰਾ ਖਰਚਾ ਹੋ ਗਿਆ, ਤਾਂ ਇੰਨੇ ਦਿਨ ਮੈਂ ਬਾਹਰ ਰਿਹਾ, ਤਾਂ ਇੰਨੇ ਦਿਨ ਘੁੰਮਿਆ ਫਿਰਿਆ, ਫਲਾਣੇ ਹੋਟਲਾਂ 'ਚ ਘੁੰਮਿਆ, ਵਰਲਡ ਟੂਰ ਇਉਂ ਕੀਤਾ। ਅਤੇ ਅੱਜ ਕੱਲ੍ਹ ਬੰਦਾ ਵਰਲਡ ਟੂਰ 'ਤੇ ਨਹੀਂ ਜਾ ਰਿਹਾ, ਕਰੋਨਾ ਜਿਹੜਾ ਵਾਇਰਸ ਆ ਉਹ ਵਰਲਡ ਟੂਰ 'ਤੇ ਨਿਕਲਿਆ ਹੋਇਆ, ਪੂਰੇ ਵਰਲਡ ਦੇ ਵਿੱਚ ਮੈਨੂੰ ਲੱਗਦਾ ਚੱਕਰ ਉਹ ਲਾ ਰਿਹਾ। ਕਿੰਨੀ ਦੇਰ ਰਹਿਣਾ ਇਹਨੇ, ਇਹ ਨਹੀਂ ਇਹਨੇ ਦੱਸਿਆ ਹਜੇ ਵੀ ਹੋਟਲ ਇਹਨੇ ਕਿੰਨੀ ਦੇਰ ਦਾ ਬੁੱਕ ਕਰਾਇਆ ਪੂਰੀ ਦੁਨੀਆ ਦੇ ਵਿੱਚ। ਪਰ ਇਹ ਇਸ ਵਰਲਡ ਟੂਰ ਦਾ ਵੱਖਰਾਪਨ ਇਹ ਹੈ ਵੀ ਇਹਦੇ 'ਚ ਖਰਚਾ ਕਰੋਨਾ ਵਾਇਰਸ ਨਹੀਂ ਕਰ ਰਿਹਾ, ਖਰਚਾ ਜਿਹੜੇ ਘਰਾਂ 'ਚ ਬੈਠੇ ਨੇ ਉਹ ਕਰ ਰਹੇ ਨੇ। ਚਲੋ, ਪਰਮਾਤਮਾ ਭਲੀ ਕਰੇ, ਜੋ ਚੀਜ਼ ਆਉਂਦੀ ਹੈ, ਚੰਗਾ ਮਾੜਾ ਸਮਾਂ ਆਉਂਦਾ ਔਰ ਚਲੇ ਜਾਂਦਾ, ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ। ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ, ਉੱਡਦੀਆਂ ਖਬਰਾਂ ਹੁੰਦੀਆਂ ਅੱਜ, ਔਰ ਉੱਡਦੀਆਂ ਖਬਰਾਂ ਦੀ ਅਗਰ ਗੱਲ ਕਰੀਏ ਤਾਂ ਉਹਦੇ 'ਚ ਉਹ ਖਬਰਾਂ ਹੁੰਦੀਆਂ ਕਿ ਜਿਹੜੀਆਂ ਅਸੀਂ ਅੱਜ ਕਹਿੰਦੇ ਹੁੰਦੇ ਵੀ ਅਣਸੁਣੀਆਂ ਹੈਰਾਨ ਕਰਨ ਵਾਲੀਆਂ ਖਬਰਾਂ, ਪਰ ਸੱਚੀਆਂ ਹੁੰਦੀਆਂ ਆਮ ਤੌਰ 'ਤੇ। ਅੱਜ ਦੇ ਦਿਨ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਗੱਲ ਕਰੀਦੀ ਆ। ਮੈਂ ਉਦੋਂ ਪਹਿਲਾਂ ਦੱਸ ਦੇਵਾਂ ਸਾਡੇ ਦਰਸ਼ਕਾਂ ਨੂੰ ਕਿ ਅੱਜ ਵੀ 2-3 ਖਬਰਾਂ ਐਸੀਆਂ ਨੇ ਜਿਹੜਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਆਇਆ ਹੋਇਆ। ਪਰ ਗਿਨੀਜ਼ ਬੁੱਕ ਸ਼ੁਰੂ ਕਿੱਥੋਂ ਹੋਈ, ਇਹ ਹੋਣ ਦੇ ਵਿੱਚ ਕਿਵੇਂ ਆਈ, ਉਹ ਮੈਂ ਅੱਜ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੂੰਗਾ। ਜਾਣਕਾਰੀ ਬੜੀ ਅਹਿਮ ਜਾਣਕਾਰੀ ਹੈ, ਕਿਉਂਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੋਣ ਦਾ ਮਤਲਬ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋਣਾ। ਭਾਰਤ ਦੇ ਬੜੇ ਲੋਕ ਨੇ ਪੁੱਠੇ ਸਿੱਧੇ ਕੰਮ ਕਰਕੇ ਕਹਿੰਦੇ ਜੀ ਸਾਡਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਕਰੋ, ਔਰ ਕਈ ਕੰਮ ਤਾਂ ਇਹੋ ਜਿਹੇ ਹੁੰਦੇ ਜਿਹੜੇ ਦੇਖਣ ਨੂੰ ਇਹ ਸੁਣਨ ਨੂੰ ਦਿਲ ਨਹੀਂ ਕਰਦਾ। ਚਲੋ, ਇਹ ਜੀ ਸੀਗੇ ਸਰ ਹਿਊ ਬੀਵਰ ਸੀ, ਕੋਈ ਸਰ ਹਿਊ ਬੀਵਰ ਨਾਂ ਦਾ ਅਮੀਰ ਆਦਮੀ ਸੀ ਬਹੁਤ ਜ਼ਿਆਦਾ ਕੋਈ, ਔਰ ਸ਼ਿਕਾਰ ਦਾ ਸ਼ੌਕੀਨ ਸੀਗਾ ਬਹੁਤ ਜ਼ਿਆਦਾ।
ਪਰ ਇਹ ਇੱਕ ਵਾਰੀ ਕਹਿੰਦੇ ਵੀ 10 ਨਵੰਬਰ 1951 ਨੂੰ ਸ਼ਿਕਾਰ ਕਰਨ ਵਾਸਤੇ ਨਿਕਲਿਆ ਚਿੜੀਆਂ ਦਾ। ਪਹਿਲੀ ਗੱਲ ਤਾਂ ਇਹ ਵੀ ਗੱਲ ਮੈਨੂੰ ਥੋੜ੍ਹੀ ਜਿਹੀ ਔਖੀ ਹਜ਼ਮ ਹੁੰਦੀ ਵੀ ਚਿੜੀਆਂ ਦਾ ਸ਼ਿਕਾਰ ਕਾਹਦੇ ਵਾਸਤੇ ਉਹਨੇ ਕਰਨਾ। ਫਿਰ ਸ਼ਿਕਾਰ ਕਰਨ ਲੱਗਿਆ ਉਹ ਲਿਖਿਆ ਚਿੜੀਆਂ ਸ਼ਿਕਾਰ, ਵੈਸੇ ਜਿਹੜੀ ਅਸਲ ਸਟੋਰੀ ਹੈ ਕਿ ਉਹ ਸ਼ਿਕਾਰ ਕਰਨ ਗਿਆ, ਜਦੋਂ ਜੰਗਲ ਦੇ ਵਿੱਚ ਗਿਆ ਤਾਂ ਉਹਦੇ ਕੋਲ ਦੀ ਇੱਕ ਚਿੜੀਆਂ ਦਾ ਝੁੰਡ ਆਇਆ, ਕਾਫੀ ਸਾਰੀਆਂ ਚਿੜੀਆਂ ਫਰ ਦੇਣੀ ਉਹਦੇ ਮੂੰਹ ਅੱਖਾਂ ਕੋਲ ਦੀ ਲੰਘ ਗਈਆਂ। ਅਤੇ ਉਹ ਹੈਰਾਨ ਰਹਿ ਗਿਆ ਵੀ ਇੱਕ ਸਕਿੰਟ ਦੇ ਵਿੱਚ ਹੀ ਅੱਖ ਦੇ ਫੋਰ ਦੇ ਨਾਲ ਹੀ ਕਿੱਧਰ ਗਈਆਂ। ਉਹਨੇ ਫਿਰ ਨਾਲ ਦੇ ਉਹਨੂੰ ਪੁੱਛਿਆ ਵੀ ਕੀ ਜਿਹੜੀਆਂ ਚਿੜੀਆਂ ਹੈਗੀਆਂ ਉਹ ਸਭ ਤੋਂ ਤੇਜ਼ ਪੰਛੀ ਹੈਗਾ, ਸਭ ਤੋਂ ਤੇਜ਼ ਉੱਡਣ ਵਾਲਾ ਪੰਛੀ ਹੈਗਾ? ਉਹ ਕਹਿੰਦੇ ਜੀ ਹੁਣ ਸਾਨੂੰ ਤਾਂ ਪਤਾ ਨਹੀਂ। ਉਹ ਕਹਿੰਦੇ ਯਾਰ ਪਤਾ ਕਰੋ। ਉਹਨਾਂ ਨੇ ਇੱਧਰ ਉੱਧਰ ਪਤਾ ਕੀਤਾ, ਕਿਤਾਬਾਂ ਕਤੂਬਾਂ ਫੋੜੀਆਂ, ਅਖੀਰ ਉਹਨੂੰ ਪਤਾ ਲੱਗ ਗਿਆ ਵੀ ਇਹ ਚਿੜੀਆਂ ਤੇਜ਼ ਪੰਛੀ ਨਹੀਂ ਹੈ, ਤੇਜ਼ ਪੰਛੀ ਇਸ ਤੋਂ ਹੋਰ ਵੀ ਹੈਗਾ। ਉਹ ਛੋਟੀਆਂ ਕਰਕੇ ਫਟਾਫਟ ਅੱਖਾਂ ਮੂਹਰੋਂ ਨਿਕਲ ਗਈਆਂ। ਉਦੋਂ ਉਸ ਸਰ ਹਿਊ ਬੀਵਰ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਕਿ ਕੋਈ ਐਸੀ ਕਿਤਾਬ ਹੋਣੀ ਚਾਹੀਦੀ ਆ ਜਿਹਦੇ 'ਚ ਇਹ ਜਾਣਕਾਰੀ ਹੋਵੇ ਵੀ ਸਭ ਤੋਂ ਵਧੀਆ, ਸਭ ਤੋਂ ਵੱਧ ਚੀਜ਼ ਸਭ ਤੋਂ ਕੀ ਹੈਗੀ ਆ। ਉਦੋਂ ਬਾਅਦ ਇਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਆਜ਼ਾਦ ਹੋਈ ਹੈ। ਉਹਦੇ 'ਚ ਅੱਜ ਤੁਸੀਂ ਕੋਈ ਵੀ ਰਿਕਾਰਡ ਜਿਹੜਾ ਹੈਗਾ ਕਿਸੇ ਦਾ ਉਹ ਦੇਖ ਸਕਦੇ ਹੋ। ਸੋ ਪਹਿਲਾ ਰਿਕਾਰਡ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੀ। ਇਹ 1985 ਦਾ ਰਿਕਾਰਡ ਆ ਵੈਸੇ, ਅਤੇ ਉਦੋਂ ਬਾਅਦ ਇਹਨੇ ਕਿਸੇ ਨੇ ਰਿਕਾਰਡ ਤੋੜਿਆ ਨਹੀਂ। ਉਦੋਂ ਪਹਿਲਾ ਰਿਕਾਰਡ ਸੀਗਾ ਉਹ ਨਹੀਂ ਤੋੜਿਆ। ਇੱਕ ਨਮਕ ਹਲਾਲ ਫਿਲਮ ਆਈ ਸੀ ਸ਼ਾਇਦ, ਕਿਹੜੀ ਸੀਗੀ ਉਹ, ਅਮਿਤਾਭ ਬੱਚਨ ਦੀ। ਉਹਦੇ 'ਚ ਇੱਕ ਡਾਇਲੋਗ ਸੀ ਬੜਾ ਮਸ਼ਹੂਰ ਹੋਇਆ, ਮੂਛੇ ਹੋ ਤੋ ਨੱਥੂ ਰਾਜ ਜੈਸੀ। ਉਹਦੀਆਂ ਮੁੱਛਾਂ ਬੜੀਆਂ ਘੈਂਟ ਸੀ ਬੰਦੇ ਦੀਆਂ, ਮਧਰਾ ਜਿਹਾ ਆਰਟਿਸਟ ਜਿਹੜਾ ਹੈਗਾ, ਅਤੇ ਮੂਛੇ ਹੋ ਤੋ ਨੱਥੂ ਰਾਜ ਜੈਸੀ। ਪਰ ਅਸੀਂ ਹੁਣ ਜੇ ਗੱਲ ਕਰੀਏ ਤਾਂ ਅਸੀਂ ਇਹ ਕਹਾਂਗੇ ਵੀ ਮੂਛੇ ਹੋ ਤੋ ਗਿਰੀ ਵਿਆਸ ਜੈਸੀ। ਗਿਰੀ ਵਿਆਸ ਜਿਹੜਾ ਬੀਕਾਨੇਰ ਦਾ ਰਹਿਣ ਵਾਲਾ ਜੀ, ਉਹਨੇ 1985 ਦੇ ਵਿੱਚ ਮੁੱਛਾਂ ਦਾ ਰਿਕਾਰਡ ਬਣਾਇਆ ਸੀ। ਕਿੰਨਾ? 22 ਫੁੱਟ ਮੁੱਛਾਂ। ਔਰ ਕਈ ਜਾਣੇ ਸਾਹਿਬ ਸੰਭਾਲ ਕਰਦੇ ਸੀ, ਫੋਟੋ ਤੁਸੀਂ ਦੇਖ ਰਹੇ ਹੋਣੇ ਆ, 33 ਸਾਲ ਤੋਂ ਕਹਿੰਦਾ ਮੈਂ ਮੁੱਛਾਂ ਕੱਟੀਆਂ ਹੀ ਨਹੀਂ ਹੈਗੀਆਂ। ਉਹ ਸਮਝ ਨਹੀਂ ਆਉਂਦੀ ਵੀ ਮੁੱਛਾਂ ਕੱਟੀਆਂ ਨਹੀਂ ਤਾਂ ਏਡੀਆਂ ਕਿਵੇਂ ਹੋ ਗਈਆਂ। ਮੈਨੂੰ ਲੱਗਦਾ ਵੀ ਰੋਜ਼ ਜਾਂ ਤਾਂ ਵੱਟਦਾ ਹੀ ਜਾਂਦਾ, ਕੋਈ ਨਾ ਕੋਈ ਕਾਰਨ ਤਾਂ ਹੋਏਗਾ। ਹੁਣ ਮੈਂ ਬਥੇਰੀ ਕੋਸ਼ਿਸ਼ ਕਰਦਾ, ਮਾੜੀ ਮੋਟੀ ਹੱਥ ਫੇਰ ਜੋਗੀਆਂ ਹੋ ਜਾਣ, ਹੁੰਦੀਆਂ ਹੀ ਨਹੀਂ ਹੈਗੀਆਂ। ਮੈਂ ਕੱਟਦਾ ਵੀ ਨਹੀਂ ਹੈਗਾ ਤਾਂ ਵੀ ਨਹੀਂ ਹੁੰਦੀਆਂ। ਇਹ ਕੋਈ ਨਾ ਕੋਈ ਰਾਜ ਹੋਏਗਾ ਨੱਥੂ ਲਾਲ ਸਾਹਿਬ ਦਾ। ਔਰ ਇਹਨਾਂ ਨੇ 22 ਫੁੱਟ ਦਾ ਰਿਕਾਰਡ ਜਿਹੜਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਾਇਆ 1985 ਦੇ ਵਿੱਚ। ਇਹਨਾਂ ਦਾ ਰਿਕਾਰਡ ਹਜੇ ਕਿਸੇ ਤੋੜਿਆ ਨਹੀਂ। ਉਦੋਂ ਪਹਿਲਾਂ 14 ਫੁੱਟ ਦੀਆਂ ਮੁੱਛਾਂ ਸੀ, ਫਿਰ 18 ਦੀਆਂ ਹੋ ਗਈਆਂ, ਇਹ 22 ਫੁੱਟ ਦੀਆਂ ਮੁੱਛਾਂ ਲਈ ਫਿਰਦਾ। ਪਤੰਦਰ ਨੂੰ ਪੁੱਛੇ ਤੂੰ ਤਾਂ ਇਹਨਾਂ ਨੂੰ ਹੁਣ ਕਿੱਲੇ ਨਾਲ ਭਾਵੇਂ ਮੱਝਾਂ ਬੰਨ ਲੈ, ਜਿਹੜੀਆਂ ਮੁੱਛਾਂ ਹੋ ਗਈਆਂ ਭਾਵੇਂ 4 ਮੱਝਾਂ ਵੱਧ ਜਾਣੀਆਂ ਜਿਹੜੀਆਂ ਇੱਕ ਮੁੱਛਾਂ ਦੇ ਨਾਲ। ਚਲੋ ਜੀ, ਸ਼ੌਕ ਹੁੰਦਾ ਆਪਣੇ ਆਪ ਨੂੰ, ਇਹ ਚੀਜ਼ਾਂ ਸਾਂਭਣੀਆਂ ਸੌਖੀਆਂ ਨਹੀਂ ਮੇਰੇ ਖਿਆਲ। ਕੰਮ ਕਾਰ ਸਾਰਾ ਛੱਡ ਕੇ ਤਾਂ ਫਿਰ ਹੀ ਇਹ ਸ਼ੌਕ ਜਿਹੜੇ ਪਾਲ ਹੁੰਦੇ ਨੇ। ਚਲੋ, ਮੁੱਛਾਂ ਦੇ ਸ਼ੌਕ ਤੋਂ ਬਾਅਦ ਗੱਲ ਕਰਦੇ ਜਨੂੰਨ ਦੀ। ਔਰ ਸਿਆਣੇ ਇਹ ਕਹਿੰਦੇ ਵੀ ਜੇ ਸਿਰ 'ਤੇ ਜਨੂੰਨ ਹੈ, ਤੁਹਾਡੇ ਵਿੱਚ ਕੁਛ ਕਰਨ ਦਾ ਜਨੂੰਨ ਹੈ, ਤਾਂ ਤੁਸੀਂ ਕਾਮਯਾਬ ਜ਼ਰੂਰ ਹੁੰਦੇ ਹੋ। ਇਹ ਸਿਆਣੇ ਕਹਿ ਗਏ ਨੇ ਗੱਲ। ਪਰ ਮੈਂ ਜੇ ਗੱਲ ਕਰਾਂ, ਇੱਕ ਉੜੀਸਾ ਦੇ ਨੇ 84 ਸਾਲਾ ਸ਼ਿਆਮ ਬਾਬੂ ਜੀ, 84 ਸਾਲਾਂ ਦੀ ਉਮਰ ਹੈ, ਪਰ ਇਹਨਾਂ ਦੇ ਵੀ ਐਸਾ ਜਨੂੰਨ ਆ, ਐਸਾ ਜਨੂੰਨ ਆ ਵੀ ਹਜੇ ਤੱਕ ਤਾਂ ਕਾਮਯਾਬ ਹੋਏ ਨਹੀਂ। ਹੁਣ 84 ਸਾਲਾਂ ਦੇ ਹੋ ਗਏ ਆ, ਅਤੇ ਗਾਂਹ ਉਮਰ ਇਹਨਾਂ ਦੀ ਕਿੰਨੀ ਹੈਗੀ ਇਹਦਾ ਕੋਈ ਹਿਸਾਬ ਕਿਤਾਬ ਹੈ ਨਹੀਂ ਵੀ ਉਹ 'ਚ ਕਾਮਯਾਬ ਹੋਣਗੇ ਕਿ ਨਹੀਂ ਹੋਣਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਔਰ ਮੈਨੂੰ ਲੱਗਦਾ ਥੋੜ੍ਹੇ ਜਿਹਾ ਕਹਿੰਦੇ ਆ ਪਿੰਡਾਂ ਦੇ ਵਿੱਚ, ਹੁੰਦੇ ਵੀ ਸ਼ਾਨੀ ਕਹਿੰਦੇ ਭਾਰੀ ਹੋਵੇ ਤਾਂ ਇੱਦਾਂ ਥੋੜ੍ਹਾ ਜਿਹਾ ਕੰਮ ਹੋ ਜਾਂਦਾ, ਉਹ ਮਾੜੀ ਮੋਟੀ ਉਨੀ ਕੁ ਚੱਲਦੀ ਰਹਿੰਦੀ ਹੈ। ਗੱਲਬਾਤ ਚੱਲ ਰਹੀ ਸੀ, ਸਾਰੀਆਂ ਖਬਰਾਂ ਦੀ ਚੱਲ ਰਹੀ, ਬਾਬੂ ਜਿਹੜੇ ਸ਼ਿਆਮ ਬਾਬੂ ਦੀ ਗੱਲ ਚੱਲ ਰਹੀ, ਹੋਮਿਓਪੈਥੀ ਡਾਕਟਰ ਹੈ ਅਤੇ 30 ਵਾਰੀ ਕਹਿੰਦਾ ਹਾਰ ਚੁੱਕਾ, ਅਤੇ ਮੇਰੀ ਕਹਿੰਦਾ ਉਮੀਦ ਹੈਗੀ ਵੀ ਮੈਂ ਜਿਉਂਦੇ ਜੀ ਜ਼ਰੂਰ ਜਿੱਤੂੰਗਾ। ਚਲੋ ਖੈਰ, ਜਿੱਤ ਜਿਹੜੀ ਹੈ, ਜਿੱਤ ਦੀ ਜਿੱਤ ਜਜ਼ਬਾ ਹੋਵੇ ਜਾਂ ਜਿੱਤ ਦੀ ਉਮੀਦ ਹੋਵੇ, ਆਸ ਹੋਵੇ, ਤਾਂ ਬੰਦਾ ਜ਼ਰੂਰ ਜਿੱਤਦਾ। ਅਗਲਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇੱਕ ਹੋਰ ਗਿਆ ਸੀਗਾ ਰਿਕਾਰਡ, ਜਿਹੜਾ ਗਿਆ ਸੀਗਾ ਸਾਡੇ ਭਾਰਤ ਦਾ ਹੀ ਨਹੀਂ, ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ। 2015 ਦੇ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਰਿਕਾਰਡ ਦਰਜ ਹੋਇਆ ਸੀ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਸੂਟ, ਮੈਂ ਕਹਿੰਦਾ ਵਿਆਹਾਂ ਦੇ ਵਿੱਚ ਚੱਲ ਜਾਓ ਅਤੇ ਹਰ ਇੱਕ ਲੇਡੀਜ਼ ਦੀ ਇਹੀ ਕੋਸ਼ਿਸ਼ ਹੁੰਦੀ ਦੂਜੀ ਨੂੰ ਦੱਸਣ ਦੀ, ਮੇਰਾ ਸੂਟ ਮਹਿੰਗਾ। ਔਰ ਚਾਹੇ ਨੇੜੇ ਘਰ ਦੱਸਦੀ ਜਾ ਕੇ ਮੇਰਾ ਸੂਟ 15,000 ਰੁਪਈਏ ਦਾ ਆਇਆ ਹੈ, ਅਤੇ ਮੋਰੋ ਘਰ ਵਾਲਾ ਕਹਿੰਦਾ ਕਿਉਂ ਝੂਠ ਬੋਲੀ ਜਾਣੀ, 800 ਦਾ ਮੈਂ ਲੈ ਕੇ ਆਇਆ। ਪਰ ਮਹਿੰਗੇ ਸੂਟ ਦੀ ਚਰਚਾ ਜਿਹੜੀ ਆ ਹੁੰਦੀ ਜ਼ਰੂਰ ਆ, ਦੂਰੋਂ ਪਤਾ ਲੱਗ ਜਾਂਦਾ। ਮੋਦੀ ਸਾਹਿਬ ਨੇ 2015 ਦੇ ਵਿੱਚ ਓਬਾਮਾ ਸਾਹਿਬ ਨੂੰ ਮਿਲਣ ਵੇਲੇ ਸੂਟ ਪਾਇਆ ਸੀਗਾ, ਜਿਹੜਾ ਬਾਅਦ ਦੇ ਵਿੱਚ ਵਿਕਿਆ ਕਿੰਨੇ ਦਾ, 4,31,00,000 ਰੁਪਈਏ ਦਾ ਇਹ ਸੂਟ ਵਿਕਿਆ। ਮੈਂ ਤਾਂ ਕਹਿੰਦਾ ਮੋਦੀ ਸਾਹਿਬ ਸੂਟ ਪਾਉਣ, ਮੁੜ ਕੇ ਵੇਚਣ ਤਾਂ ਕਿਸੇ ਗਰੀਬ ਦੇ, ਉਹ ਜਿਹੜੇ ਪੈਸੇ ਹੈਗੇ ਗਰੀਬਾਂ 'ਚ ਵੰਡ ਦਿਆ ਕਰਨ, ਦੇ ਦਿਆ ਕਰਨ, ਚੰਗਾ ਕੰਮ ਹੈ। ਚਲੋ, ਅਗਲੀ ਗੱਲ ਜਿਹੜੀ ਕਰਦੇ ਹਾਂ, ਇੱਕ ਹੈ ਜਿਹੜੇ ਨਿਰਭਾ ਕੇਸ ਦੀ ਗੱਲ ਕਰੀ ਦੀ ਹੈ। ਇਹ ਫਾਂਸੀ 20 ਤਰੀਕ ਦੀ ਮੁਕਰਰ ਹੋਈ ਆ, 20 ਮਾਰਚ ਦੀ, ਅਤੇ ਹੁਣ ਇਹ ਵਕੀਲ ਇੱਦਾਂ ਵਿਕਟਰੀ ਦਾ ਨਿਸ਼ਾਨ ਅਤੇ ਨਿਰਭੈ ਦੀ ਮਾਂ ਵਿਕਟਰੀ ਦਾ ਨਿਸ਼ਾਨ ਬਣਾਉਂਦੀ ਆ,
ਅਤੇ ਮੈਂ ਉਹਨੂੰ ਇਹੀ ਸਲਾਹ ਦਿੰਦਾ ਵੀ ਪਹਿਲਾਂ 3-4 ਵਾਰੀ ਤੁਸੀਂ ਬਣਾ ਚੁੱਕੋ ਆ ਨਿਸ਼ਾਨ, ਸਜ਼ਾ ਹੁੰਦੀ ਹੈ, ਫਾਂਸੀ ਹੁੰਦੀ ਨਹੀਂ, ਹੁਣ ਫਾਂਸੀ ਹੋ ਲੈਂਦੇ ਹੋ ਅਤੇ ਫਿਰ ਤੁਸੀਂ ਇਹ ਨਿਸ਼ਾਨ ਬਣਾਇਓ। ਭਾਰਤ ਦੇ ਕਾਨੂੰਨ ਦੀ ਇਹ ਗੱਲ ਦੇਖੋ ਕਿ ਬਲਾਤਕਾਰ ਦੇ ਏਡੇ ਵੱਡੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਨਹੀਂ ਹੁੰਦੀ। ਅਤੇ ਮੈਂ ਅਮੈਰੀਕਾ ਦੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਦਾ, ਇਹ ਵੀ 4 ਸਾਲ ਪੁਰਾਣੀ ਹੈ, ਇਹ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੈਗੀ ਆ ਕਿ ਇੱਥੇ ਅਗਰ ਕਿਸੇ ਨੇ ਕੋਈ ਦੋਸ਼ ਕੀਤਾ ਹੈ ਤਾਂ ਬੰਦਿਆਂ ਦੀ ਗੱਲ ਛੱਡੋ, ਜਾਨਵਰਾਂ ਨੂੰ ਵੀ ਫਾਂਸੀ ਹੋ ਸਕਦੀ ਹੈ। ਕਹਿੰਦੇ ਵੀ 13 ਸਤੰਬਰ 1916 ਨੂੰ ਇੱਕ ਟੈਨਸੀ ਸ਼ਹਿਰ ਪੈਂਦਾ ਕੋਈ ਅਮੈਰੀਕਾ ਦੇ ਵਿੱਚ, ਉੱਥੇ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਹਾਥੀ ਨੂੰ ਫਾਂਸੀ ਦਿੱਤੀ ਗਈ। ਹਾਥੀ ਨੂੰ ਫਾਂਸੀ ਕਿਉਂ ਦਿੱਤੀ? ਹਾਥੀ ਦਾ ਭਾਰ, ਹਾਲਾਂਕਿ 5 ਟਨ ਉਹਦਾ ਭਾਰ ਸੀ, ਕਹਿੰਦੇ ਕਿਸੇ ਸਰਕਸ ਦੇ ਵਿੱਚ ਉਹ ਕੰਮ ਕਰਦਾ ਸੀ, ਤੋ ਜਿਹੜਾ ਮਹਾਵਤ ਸੀ ਉਹਨੂੰ ਟ੍ਰੇਨ ਲੈ ਕੇ ਜਾਂਦਾ, ਉਹ ਕਿਤੇ ਚਲੇ ਗਿਆ, ਬਦਲ ਗਿਆ ਜਾਂ ਉਹਦੀ ਡੈਥ ਹੋ ਗਈ। ਨਵਾਂ ਮਹਾਵਤ ਆਇਆ ਤਾਂ ਨਾ ਉਹਦੇ ਕੋਲ ਸੂਤ ਨਾ ਆਇਆ ਉਹ ਹਾਥੀ, ਉਹਨੂੰ ਲੈ ਗਏ ਕਿਸੇ ਪਰੇਡ ਦੇ ਵਿੱਚ, ਸਰਕਸ ਦੇ ਸਾਰੇ ਜਾਨਵਰ ਜਿਹੜੇ ਸੀ, ਹਾਥੀ ਉੱਥੇ ਕਿਤੇ ਉਹਨੂੰ ਦਿਸ ਪਿਆ ਕੋਈ ਖਾਣ ਨੂੰ। ਨਵੇਂ ਮਹਾਵਤ ਨੇ ਬਥੇਰਾ ਰੋਕਿਆ ਉਹਦੇ ਪਿੱਛੇ, ਇੱਥੇ ਭਾਲਾ ਮਾਰਿਆ ਕੰਨ ਦੇ ਪਿੱਛੇ, ਉਹ ਚਾਂਭਲ ਗਿਆ ਅਤੇ ਉਹਨੇ ਉੱਥੇ ਕਈ ਜਾਨਾਂ ਲੈ ਲਈਆਂ। ਅਤੇ ਲੋਕਾਂ ਨੇ ਕਿਹਾ ਵੀ ਇਹ ਜਿਹੜਾ ਹੈਗਾ ਇਹਨੂੰ ਸਜ਼ਾ ਹੋਣੀ ਚਾਹੀਦੀ ਆ, ਅਤੇ ਉੱਥੋਂ ਦੀ ਕੌਂਟੀ ਨੇ ਉਹਨੂੰ ਫਿਰ ਸਜ਼ਾ ਦਿੱਤੀ, ਫਾਂਸੀ 'ਤੇ ਲਟਕਾਇਆ। ਇੱਕ 10 ਟਨ ਤੋਂ ਜ਼ਿਆਦਾ ਭਾਰ ਚੱਕਣ ਵਾਲੀ ਕਰੇਨ ਜਿਹੜੀ ਉਹ ਮੰਗਾਈ ਗਈ, ਉਹਦੇ 'ਤੇ ਫਿਰ ਹਾਥੀ ਨੂੰ ਫਾਂਸੀ ਦਿੱਤੀ ਗਈ। ਸਿੱਖਣਾ ਚਾਹੀਦਾ ਸਾਡੇ ਮੁਲਕ ਨੂੰ ਕੁਛ ਵੀ ਭਾਈ, ਤੁਸੀਂ ਘੱਟੋ ਘੱਟ ਬੰਦਿਆਂ ਨੂੰ ਵੀ ਫਾਂਸੀ ਦੇ ਦਿਓ। ਜਾਨਵਰ ਨੂੰ ਤਾਂ ਚਲੋ ਕਹਿ ਸਕਦੇ ਵੀ ਨਹੀਂ ਪਤਾ, ਜਾਨਵਰ ਜਾਨਵਰ ਹੀ ਹੁੰਦਾ, ਉਹਨੂੰ ਨਹੀਂ ਪਤਾ ਲੱਗਿਆ, ਉਹਨੂੰ ਗੁੱਸਾ ਆ ਗਿਆ, ਉਹਨੇ ਇੱਦਾਂ ਕਰਤਾ ਸਾਰਾ ਕੁਛ, ਅਤੇ ਬੰਦਿਆਂ ਨੂੰ ਤਾਂ ਪਤਾ ਹੁੰਦਾ ਨਾ, ਅਕਲ ਬਖਸ਼ੀ ਆ ਰੱਬ ਨੇ, ਫਿਰ ਵੀ ਜਿਹੜੇ ਇੱਦਾਂ ਦੇ ਕੰਮ ਕਰਦੇ ਨੇ ਫਾਂਸੀ ਨਾਲ ਦੀ ਨਾਲ ਲਟਕਾ ਦੇਣਾ ਚਾਹੀਦਾ। ਚਲੋ ਖਬਰਾਂ 2 ਹੋਰ ਸੀ, ਇੱਕ ਹੋਰ ਖਬਰ ਪੜ੍ਹ ਕੇ ਅਤੇ ਮੈਂ ਉਦੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਾਂ ਵੱਲ ਚੱਲਾਂਗੇ ਅਤੇ ਵਿਸ਼ੇ ਵੱਲ ਚੱਲਾਂਗੇ। ਯੁੱਧ ਜਿਹੜੇ ਆ, ਲੜਾਈ, ਆਪਾਂ ਲੜਾਈ ਕਰ ਲਓ, ਗੱਲ ਪਹਿਲਾਂ ਲੜਾਈ ਦੀ ਕਰ ਲੈਂਦੇ, ਲੜਾਈ ਅਕਸਰ ਹੁੰਦੀ ਦੇਖੀ ਆ ਕਿਸੇ ਨਾ ਕਿਸੇ ਚੀਜ਼ ਦੀ, ਕਿਸੇ ਘਰ ਦੇ ਵਿੱਚ ਗੱਲ ਕਰੀਏ, ਪਰਿਵਾਰਾਂ ਦੇ ਵਿੱਚ ਗੱਲ ਕਰੀਏ ਤਾਂ ਅਕਸਰ ਲੜਾਈ ਹੁੰਦੀ ਹੈ ਜੀ। ਜ਼ਮੀਨ ਪਿੱਛੇ ਲੜਾਈ ਹੋਈ ਜੀ, ਬਹੁਤ ਵੱਧ ਗਈ, ਕਤਲ ਹੋ ਗਿਆ ਅਤੇ ਕੋਰਟ ਦੇ ਵਿੱਚ ਕੇਸ ਚਲੇ ਗਿਆ। ਲੜਾਈ ਹੋਈ ਜੀ, ਫਲਾਨੀ ਚੀਜ਼ ਪਿੱਛੇ ਲੜਾਈ ਹੋਈ, ਕਿਸੇ ਗੈਰਤ ਪਿੱਛੇ ਲੜਾਈ ਹੋਈ ਜੀ, ਕਤਲ ਹੋ ਗਿਆ ਅਤੇ ਕੋਰਟ 'ਤੇ ਪਹੁੰਚ ਕੇ। ਤਾਂ ਮੈਂ ਜੇ ਗੱਲ ਕਰਾਂ ਵੀ ਲੜਾਈ ਇੱਕ ਹੋਈ ਹੈ ਜਿਹੜੀ ਕਾਫੀ ਦਿਨ ਚੱਲੀ, ਅਤੇ ਉਹਦੇ ਵਿੱਚ 2000 ਲੋਕਾਂ ਦੀ ਜਾਨ ਚਲੀ ਗਈ ਸੀਗੀ, ਤਾਂ ਜ਼ਰੂਰ ਤੁਸੀਂ ਸੋਚੋਗੇ ਵੀ ਇਹ ਤਾਂ ਬਹੁਤ ਵੱਡੀ ਗੱਲ ਹੋਣੀ ਹੈ, ਬਹੁਤ ਵੱਡਾ ਕੋਈ ਕਾਂਡ ਹੋਇਆ ਹੋਣਾ ਤਾਂ ਹੀ 2000 ਲੋਕ ਮਰੇ ਇਸ ਲੜਾਈ ਦੇ ਵਿੱਚ, ਯੁੱਧ ਦੇ ਵਿੱਚ, ਪਰ ਬਿਲਕੁਲ ਨਹੀਂ। ਅਤੇ ਲੜਾਈ ਕਾਹਦੇ ਵਾਸਤੇ ਹੋਈ? ਇੱਕ ਬਾਲਟੀ ਵਾਸਤੇ, ਪਰ ਬਾਲਟੀ ਵੀ ਤੁਸੀਂ ਦੇਖੋ ਇਸ ਬਾਲਟੀ 'ਚ ਪਾਉਂਦੇ ਕੀ ਹੋਣਗੇ, ਪਾਣੀ ਤਾਂ ਪੈਣੇ ਹੋ ਰਿਹਾ। ਇਸ ਬਾਲਟੀ ਪਿੱਛੇ ਲੜਾਈ ਹੋਈ ਜੀ 2 ਦੇਸ਼ਾਂ ਦੇ ਵਿੱਚ, 11ਵੀਂ ਸ਼ਤਾਬਦੀ ਦੀ ਗੱਲ ਹੈ। ਰੋਸ਼ਨ ਸਮਰਾਟ ਫਰੈਡਰਿਕ ਜਿਹੜਾ ਸੀ, ਬਾਰਸ ਬਰੋਸਾ ਜਿਹੜਾ, ਇਟਲੀ 'ਤੇ ਉਹਨੇ ਹਮਲਾ ਕੀਤਾ, ਕਾਫੀ ਲੰਬਾ ਨਾਂ ਆ, ਇਟਲੀ 'ਤੇ ਉਹਨੇ ਹਮਲਾ ਕੀਤਾ 11ਵੀਂ ਸਦੀ ਦੇ ਵਿੱਚ, ਕਿ ਉਹ ਰੱਬ ਦਾ ਭੇਜਿਆ ਹੋਇਆ ਬੰਦਾ, ਉਹਨੂੰ ਮੰਨੋ, ਮੈਨੂੰ ਮੰਨੋ, ਉਹ ਕਹਿੰਦਾ ਮੈਂ ਰੱਬ ਦਾ ਭੇਜਿਆ ਹੋਇਆ ਬੰਦਾ, ਰੱਬ ਦਾ ਦੂਤ ਅਸਲੀ ਮੈਂ ਆ। ਪਰ ਲੋਕ ਉਦੋਂ ਪੌਪ ਨੂੰ ਮੰਨਦੇ ਸੀ, ਲੋਕੀ ਪੌਪ ਨੂੰ ਮੰਨਦੇ ਸੀ, ਉਹ ਹਟਿਆ ਨਹੀਂ ਜਦੋਂ। ਅਤੇ ਫਿਰ ਬਲੋਗਨਾ ਅਤੇ ਮੋਡੇਨਾ 2 ਦੇਸ਼ ਹੋਏ ਲਾਗੇ ਲਾਗੇ, ਉਹਨਾਂ ਦੀ ਆਪਸ ਵਿੱਚ ਲੜਾਈ ਸ਼ੁਰੂ ਹੋ ਗਈ। ਤਾਂ ਉਹਨਾਂ ਨੇ ਇੱਕ ਜਿਹੜੇ ਮੋਡੇਨਾ ਵਾਲੇ ਸੀ, ਉਹਨਾਂ ਨੇ ਉਹਨਾਂ ਦੇ ਸੈਨਿਕ ਜਿਹੜੇ ਸੀ ਉਹ ਬਾਲਟੀ ਲੈ ਗਏ ਦੂਜਿਆਂ ਦੀ, ਚੱਕ ਕੇ ਉਹਨਾਂ ਨੂੰ ਖੁੰਦਕ ਦੇ ਵਿੱਚ ਦਿਖਾਉਣ ਵਾਸਤੇ, ਕੋਈ ਖਾਸ ਬਾਲਟੀ ਹੋਏਗੀ, ਐਵੇਂ ਬਾਲਟੀ ਨਹੀਂ ਹੋਏਗੀ, ਹੋ ਸਕਦਾ ਸੋਨੇ ਦੀ ਹੋਵੇ। ਉਹ ਉਸ ਬਾਲਟੀ ਉਹਨਾਂ ਨੇ ਵਾਪਸ ਮੰਗੀ, ਉਹ ਕਹਿੰਦੇ ਜੀ ਅਸੀਂ ਨਹੀਂ ਦਿੰਦੇ। ਉਦੋਂ ਬਾਅਦ ਲੜਾਈ ਸ਼ੁਰੂ ਹੋ ਗਈ, ਉਸ ਬਾਲਟੀ ਪਿੱਛੇ 2000 ਜਾਨਾਂ ਜਿਹੜੀਆਂ ਗਈਆਂ, ਅਤੇ 2000 ਜਾਨਾਂ ਤੋਂ ਬਾਅਦ ਜਿਨ੍ਹਾਂ ਦੀ ਬਾਲਟੀ ਸੀਗੀ ਕਹਿੰਦੇ ਉਹ ਲੈ ਗਏ ਸੀਗੇ। ਇਹ ਤਾਂ ਆਪਣੀ ਪਿੰਡਾਂ ਵਾਲੇ ਨਹੀਂ ਜਿਵੇਂ ਹੁੰਦੀ ਵੀ ਪਾਣੀ ਡੋਲਤਾ ਬੂਹੇ ਮੂਹਰੇ, ਤਾਂ ਮੱਝ ਨੇ ਗੋਹਾ ਕਰਤਾ, ਲੜਾਈ ਸ਼ੁਰੂ ਹੋ ਗਈ, ਤਾਂ ਉਹ ਕਈ ਵਾਰੀ ਅੱਗੇ ਵੱਧ ਜਾਂਦੀ ਆ। ਸੋ ਇਹ ਲੜਾਈ ਜਿਹੜੀ ਆ ਇੱਦਾਂ ਦੀ ਹੋਈ ਹੈ। ਹੁਣ ਮੈਂ ਜਿਹੜਾ ਖਬਰਾਂ ਆਪਾਂ ਬਸ ਕਰਦੇ ਹਾਂ, ਖਬਰ ਇੱਕ ਹੋਰ ਵੀ ਸੀਗੀ ਬੜੀ ਇੰਟਰਸਟਿੰਗ। ਅੱਜ ਕੱਲ੍ਹ ਇਹ ਬੜਾ ਚੱਲਿਆ ਵੀ ਜਿੱਥੇ ਜਾਓ ਹੱਥ ਧੋਨੇ ਹੋ, ਹੱਥ ਧੋਵੋ, ਹੱਥ ਧੋ ਕੇ ਅੰਦਰ ਜਾਓ, ਬਾਹਰ ਜਾਓ। ਇੱਕ ਸਰਵੇ ਆਇਆ ਕਿ ਮਰਦ ਜਿਹੜੇ ਨੇ ਉਹ ਔਰਤਾਂ ਦੇ ਮੁਕਾਬਲੇ ਹੱਥ ਘੱਟ ਧੋਂਦੇ ਆ। 7.1% ਔਰਤਾਂ ਜਿਹੜੀਆਂ ਉਹ ਹੱਥ ਨਹੀਂ ਧੋਂਦੀਆਂ ਬਾਥਰੂਮ ਵਗੈਰਾ ਜਾ ਕੇ ਜਾਂ ਆਮ ਜ਼ਰੂਰਤ ਦੇ ਸਮੇਂ, ਅਤੇ ਮਰਦ ਜਿਹੜੇ ਨੇ ਉਹ 15% ਮਰਦ ਨੇ ਜਿਹੜੇ ਹੱਥ ਨਹੀਂ ਧੋਂਦੇ, ਜਾਂ ਫਿਰ ਉਹ ਨੇ 15% ਜਿਹੜੇ ਮਾੜਾ ਜਿਹਾ ਪਾਣੀ ਛੱਡਿਆ, ਹੱਥ ਗਿੱਲਾ ਕੀਤਾ ਅਤੇ ਐਂ ਕੀਤਾ ਅਤੇ ਬਾਹਰ ਆ ਗਏ। ਸੋ ਇਹ ਵੀ ਇੱਕ ਅਜੀਬ ਜਿਹਾ ਸਰਵੇ ਜਿਹੜਾ ਹੋਇਆ ਸੀਗਾ। ਸੋ ਤੁਹਾਡੀਆਂ ਕਾਲਾਂ ਵਾਲੇ ਪਾਸੇ ਆਪਾਂ ਹੁਣ ਜਾਣਾ।
ਕਾਲਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਹੈਗੀ ਹੈ ਗੱਲ ਚੱਲੀ ਆ, ਕਰੋਨਾ ਵਾਇਰਸ ਦੀ ਗੱਲ ਚੱਲੀ ਹੈ, ਸਾਰੀ ਗੱਲਬਾਤ ਚੱਲਦੀ ਹੈ। ਸਮਾਂ ਅਕਸਰ ਬਦਲਦਾ ਹੈ। ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਕਰੀਏ, ਸਮਾਂ ਹੋਰ ਸੀ। ਉਸ ਤੋਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਮਾਂ ਹੋਰ ਸੀ, ਅਲੱਗ ਅਲੱਗ ਸਮਾਂ ਜਿਹੜਾ ਹੁੰਦਾ ਹੈ। ਔਰ ਅਸੀਂ ਅਕਸਰ ਇਸ ਬਦਲਦੇ ਸਮੇਂ ਦੀ ਗੱਲ ਕਰੀਦੀ ਹੈ, ਅਤੇ ਬਦਲਦੇ ਸਮੇਂ ਦੇ ਵਿੱਚ ਸਾਡੇ ਰੀਤੀ ਰਿਵਾਜ਼ ਜਿਹੜੇ ਬਦਲਦੇ ਨੇ ਉਹਨਾਂ ਦੀ ਵੀ ਗੱਲ ਕਰੀਦੀ ਹੈ। ਪਰ ਅੱਜ ਹੁਣ ਜੇ ਤਕਨੀਕ ਦੀ ਗੱਲ ਚੱਲੀ ਹੈ ਨਾਲ ਦੀ ਨਾਲ, ਅਤੇ ਭਾਰਤ ਦੀ ਆਬਾਦੀ ਦੀ ਗੱਲ ਚੱਲੀ ਹੈ, ਆਬਾਦੀ ਜਿਹੜੀ ਹੈ ਕਿਤੇ ਦੀ ਕਿਤੇ ਪਹੁੰਚ ਗਈ ਹੈ, ਅਤੇ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ, ਕੁਝ ਮੈਂ ਵੈਸੇ ਲੇਖ ਵੀ ਪੜ੍ਹਿਆ ਸੀ, ਇੱਕ ਅਖਬਾਰ ਕਿਤੇ ਛਪਿਆ ਹੋਇਆ ਸੀਗਾ, ਕਿ ਵੀ 50 ਕੁ ਸਾਲ ਬਾਅਦ ਦੁਨੀਆ ਕਿਹੋ ਜਿਹੀ ਹੋਊਗੀ। ਮੈਂ ਕਿਹਾ ਵੀ ਇਹਦੀ ਆਪਾਂ ਹੁਣ 50 ਸਾਲ ਬਾਅਦ ਕੀ ਗੱਲ ਕਰਨੀ, ਸਾਰੇ ਜਣੇ ਆਪਾਂ ਫੋਨ ਕਰਦੇ ਹੋ, ਤੁਸੀਂ ਗੱਲਾਂ ਬਾਤਾਂ ਕਰਦੇ ਹੋ, ਕੀ ਆਈਡੀਆ ਹੈਗਾ, ਜਿਵੇਂ 50 ਸਾਲ ਪਹਿਲਾਂ ਜਿਹੜੇ ਲੋਕ ਸੀਗੇ ਉਹ ਦੱਸ ਸਕਦੇ 50 ਸਾਲ ਪਹਿਲਾਂ ਕਿਹੋ ਜਿਹੀ ਜ਼ਿੰਦਗੀ ਸੀ, ਕਿਹੋ ਜਿਹਾ ਜੀਵਨ ਸੀ, ਕਿਹੋ ਜਿਹੀ ਦੁਨੀਆ ਸੀਗੀ, ਅਤੇ 50 ਸਾਲ ਬਾਅਦ ਦੁਨੀਆ ਕਿਹੋ ਜਿਹੀ ਹੋਏਗੀ, ਇਹ ਆਪਾਂ ਅੰਦਾਜ਼ਾ ਹੀ ਲਾ ਸਕਦੇ। ਵੈਸੇ ਅੰਕੜਿਆਂ ਮੁਤਾਬਕ ਇਹ ਕਿ 50 ਸਾਲ ਬਾਅਦ ਦੁਨੀਆ, ਆਮ ਲੋਕਾਂ ਨੂੰ ਸਵਾਲ ਪੁੱਛੀਏ ਤਾਂ ਉਹ ਕਹਿਣਗੇ ਜੀ ਅਤਿ ਆਧੁਨਿਕ ਹੋਏਗੀ, ਬਿਲਕੁਲ ਮਾਡਰਨ, ਕੁਛ ਵੀ ਨਹੀਂ ਕਰਨਾ ਪਏਗਾ, ਹੱਥ ਲਾਉਣਾ ਹੀ ਨਹੀਂ ਪਏਗਾ, ਫੂਕ ਮਾਰੋ, ਇਹ ਕਰੋ, ਸਾਰੇ ਕੰਮ ਆਟੋਮੈਟਿਕ ਹੋ ਜਾਣਗੇ, ਰੋਬੋਟ ਆਉਣਗੇ, ਬੜਾ ਹੋ ਜਾਊਗਾ। ਪਰ ਅੰਕੜੇ ਇਹ ਕਹਿੰਦੇ ਨੇ ਕਿ 50 ਸਾਲ ਬਾਅਦ ਬਹੁਤ ਖਤਰਨਾਕ ਸਮਾਂ ਆਉਣ ਵਾਲਾ ਹੈਗਾ, ਕਿਉਂਕਿ ਜਿਹੜੀ ਤਕਨੀਕ ਦੀ ਹੱਦ ਪਾਰ ਹੋ ਜਾਏਗੀ, ਇੱਕ ਤਾਂ ਜਿਹੜੀ ਗੱਲ ਆਪਾਂ ਕੀਤੀ ਹੈ, ਟੈਕਨੋਲੋਜੀ ਦੀ ਹੱਦ ਪਾਰ ਹੋ ਜਾਏਗੀ ਜਮ੍ਹਾਂ, ਟੈਕਨੋਲੋਜੀ ਕਿਤੇ ਦੀ ਕਿਤੇ ਪਹੁੰਚ ਜਾਏਗੀ, ਅਤੇ ਜਦੋਂ ਟੈਕਨੋਲੋਜੀ ਵਧੇਗੀ ਤਾਂ ਉਹ ਫਿਰ ਸਿੱਧਾ ਸਿੱਧਾ ਪੰਗਾ ਜਿਹੜਾ ਹੈਗਾ ਵਿਗਿਆਨੀ ਜਿਹੜੇ ਉਹ ਰੱਬ ਨਾਲ ਲੈਂਦੇ ਨੇ, ਰੱਬ ਨਾਲ ਜਦੋਂ ਆਢਾ ਲੈਂਦੇ ਨੇ ਤਾਂ ਉਹ ਫਿਰ ਰੱਬ ਦੇ ਜਿਹੜੇ ਕੁਦਰਤੀ ਕਾਨੂੰਨ ਹੈਗੇ ਨੇ ਉਹਨਾਂ ਦੀ ਉਲੰਘਣਾ ਕਰਦੇ ਨੇ, ਤਾਂ ਫਿਰ ਉਹਦਾ ਨਤੀਜਾ ਜਿਹੜਾ ਮਾੜਾ ਹੀ ਆਉਣਾ। ਔਰ 50 ਸਾਲਾਂ ਬਾਅਦ ਕਹਿੰਦੇ ਵੀ ਹਜ਼ਾਰਾਂ ਨਵੇਂ ਖਤਰੇ ਪੈਦਾ ਹੋ ਸਕਦੇ ਨੇ। ਆਬਾਦੀ ਜਿਹੜੀ ਹੁਣ ਚੀਨ ਦੀ ਸਭ ਤੋਂ ਵੱਧ ਆਬਾਦੀ ਹੈ, ਲਗਭਗ 140 ਕਰੋੜ ਤੋਂ ਉੱਪਰ ਉਹਨਾਂ ਦੀ ਆਬਾਦੀ ਹੈ, ਅਤੇ ਦੁਨੀਆ ਦਾ ਨੰਬਰ 1 ਮੁਲਕ ਹੈਗਾ ਇਸ ਮਾਮਲੇ ਦੇ ਵਿੱਚ, ਅਤੇ ਭਾਰਤ ਲਗਭਗ 130 ਕਰੋੜ ਦੀ ਆਬਾਦੀ ਦੇ ਨਾਲ ਦੂਜੇ ਨੰਬਰ 'ਤੇ ਹੈ। ਅੰਕੜੇ ਇਹ ਕਹਿੰਦੇ ਆ ਜੀ ਕਿ 50 ਸਾਲਾਂ ਬਾਅਦ ਭਾਰਤ ਜਿਹੜਾ ਹੈਗਾ ਉਹ ਦੁਨੀਆ ਦਾ ਨੰਬਰ 1 ਮੁਲਕ ਹੋਏਗਾ ਆਬਾਦੀ ਦੇ ਵਿੱਚ। ਉਹ ਕਹਿੰਦੇ ਵੀ ਚੀਨ ਨੂੰ ਪਛਾੜ ਕੇ ਲਗਭਗ 170 ਕਰੋੜ ਦੇ ਕਰੀਬ 50 ਸਾਲ ਬਾਅਦ ਆਬਾਦੀ ਭਾਰਤ ਦੀ ਹੋਏਗੀ, ਅਤੇ ਦੁਨੀਆ ਦੀ ਆਬਾਦੀ ਜਿਹੜੀ ਹੁਣ 800 ਕਰੋੜ ਦੇ ਕਰੀਬ ਹੈਗੀ ਆ ਉਹ 1000 ਤੋਂ ਉੱਪਰ ਟੱਪ ਜਾਏਗੀ। ਸੋ ਬਾਕੀ ਉਦੋਂ ਬਾਅਦ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ 50 ਸਾਲ ਬਾਅਦ, ਆਪੋ ਆਪਣੀ ਆਪਾਂ ਕਿਆਸ ਅਰਾਈਆਂ ਲਾ ਸਕਦੇ ਹਾਂ। 50 ਸਾਲ ਬਾਅਦ ਹੋ ਸਕਦਾ ਬਹੁਤ ਸਾਰੇ ਲੋਕ ਤਾਂ ਹੋਣਗੇ ਜੀ, ਚਲੋ ਮੈਂ ਤਾਂ ਹੋਊਂਗਾ ਜੀ 50 ਸਾਲ ਬਾਅਦ, 60-70 ਸਾਲ ਦੀ ਉਮਰ ਕੀ ਹੁੰਦੀ ਬੰਦੇ ਦੀ, ਚਲੋ ਖੈਰ ਆਪਾਂ ਦੁਆ ਇਹੀ ਕਰਦੇ ਹਾਂ ਕਿ 50 ਸਾਲ ਬਾਅਦ ਆਪਾਂ ਜੇ ਅੱਜ ਡਿਸਕਸ ਕਰ ਰਹੇ, 50 ਸਾਲ ਬਾਅਦ ਵੀ ਡਿਸਕਸ ਕਰੀਏ ਵੀ ਆਪਾਂ 50 ਸਾਲ ਪਹਿਲਾਂ ਡਿਸਕਸ ਕੀਤਾ ਵੀ ਆਹ ਹੋਊਗਾ। ਔਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਵੀ ਨੇ, ਹਾਲਾਂਕਿ ਜਿਹੜੀਆਂ ਕਿਆਸ ਰਾਈਆਂ ਹੁੰਦੀਆਂ ਨੇ, ਅਸੀਂ ਕੋਈ ਗੱਲਬਾਤ ਕਰਦੇ ਹਾਂ, ਉਹ ਗੱਲਾਂ ਬਾਤਾਂ ਆਮ ਸਾਨੂੰ ਦੇਖਣ ਨੂੰ ਮਿਲਦੀਆਂ, ਆਮ ਸੁਣਨ ਨੂੰ ਉਹ ਮਿਲ ਜਾਂਦੀਆਂ। ਪਰ ਸਮੇਂ ਦੀ ਅਸੀਂ ਗੱਲ ਕਰੀਏ, 50 ਸਾਲ ਪਿੱਛੇ ਜਾਈਏ ਤਾਂ ਕੁਛ ਦਾ ਕੁਛ ਸੀ, ਜੇ ਉਦੋਂ 50 ਸਾਲ ਪਿੱਛੇ ਜਾਂਦੇ ਹਾਂ ਤਾਂ ਜਮ੍ਹਾਂ ਹੀ ਉਲਟ ਸੀ, ਸਾਰਾ ਕੁਛ ਉਲਟ ਸੀਗਾ। 50 ਸਾਲ ਦੀ ਗੱਲ ਛੱਡੋ, ਮੈਂ ਆਪ 50 ਸਾਲ ਦੀ ਤਾਂ ਨਹੀਂ, 30-35 ਸਾਲ ਦੀ ਵੀ ਜੇ ਗੱਲ ਕਰੀਏ, 20-15 ਹਾਂ 85 ਦੀ ਗੱਲ ਜੇ ਮੈਂ ਕਰਦਾ, 85 ਦੇ ਵਿੱਚ ਗੱਲ ਕਰਦੇ ਹੁੰਦੇ ਸੀਗੇ ਵੀ ਭਾਈ ਟੀ ਵੀ ਦੇਖਦੇ ਹੁੰਦੇ ਸੀ ਉਦੋਂ, ਆਹ ਜਿਹੜਾ ਦੂਰਦਰਸ਼ਨ ਹੈ ਜੀ, ਕਿੰਨੀ ਦੇਰ ਉਹ ਚੱਲੀ ਜਾਂਦਾ ਹੁੰਦਾ ਸੀ ਰੰਗਦਾਰ ਬਾਰ ਜਿਹਾ, ਅਤੇ ਉਦੋਂ ਗੱਲਾਂ ਜਦੋਂ ਕਰਦੇ ਸੀਗੇ ਪੜ੍ਹੇ ਲਿਖੇ ਲੋਕ ਵੀ, ਬਾਹਰਲੇ ਮੁਲਕਾਂ ਦੇ ਵਿੱਚ ਇੱਕ ਇਹੋ ਜਿਹਾ ਟੋਕਰਾ ਜਿਹਾ ਆਇਆ, ਇੱਕ ਇਹੋ ਜਿਹਾ ਵੱਡਾ ਸਾਰਾ ਛਾਬਾ ਜਿਹਾ ਆਇਆ, ਉਹਦੇ 'ਚ 32-33 ਚੈਨਲ ਚੱਲਦੇ ਆ, ਬੜੀ ਹੈਰਾਨੀ ਹੁੰਦੀ ਸੀ ਉਦੋਂ 32-33 ਚੈਨਲ, ਅਤੇ ਹੁਣ ਜਿਹੜੇ ਚੱਲਦੇ ਨੇ ਮਤਲਬ 150-200 ਚੈਨਲ ਟੀ ਵੀ 'ਤੇ ਚੱਲਦਾ, 200-250, ਮਤਲਬ ਮੈਂ ਇਹ ਕਹਿੰਦਾ ਵੀ ਜੇ ਤੁਸੀਂ ਉਹ ਡੱਬੀਆਂ ਜੀਆਂ ਦੀ ਗੱਲ ਕਰੋ, 70-80 ਤਾਂ ਪੰਜਾਬੀ ਚੈਨਲ ਨੇ, ਪਤਾ ਹੀ ਨਹੀਂ ਜਿਹੜੇ ਕਦੇ ਦੇਖੇ ਨਹੀਂ ਸੁਣੇ ਨਹੀਂ, ਪੂਰੇ ਪੂਰੇ ਚੈਨਲ ਦੀ, ਪੂਰੇ ਟੀ ਵੀ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਹਜ਼ਾਰਾਂ ਦੇ ਹਿਸਾਬ ਨਾਲ ਚੈਨਲ ਚੱਲਦੇ ਨੇ। ਜੇ ਤੁਸੀਂ ਆਪਣੇ ਸਿਰ ਪੰਜਾਬੀ ਪੰਜਾਬੀ ਉਹ ਦੇਖਣ ਲੱਗ ਜਾਓ ਤਾਂ 1.5-2 ਘੰਟਾ ਇਸ ਗੱਲ ਨੂੰ ਲੱਗ ਜਾਂਦਾ ਕਿ ਕਿੰਨੇ ਕੁ ਚੈਨਲ ਹੈਗੇ ਨੇ, ਕਿਹੜੇ ਕਿਹੜੇ ਚੱਲਦੇ ਨੇ। ਸੋ ਆਪਾਂ ਜੇ ਗੱਲ ਇੰਨੀ ਕੁ 30-35 ਸਾਲ ਪੁਰਾਣੀ ਕਰਦੇ, ਇੰਨਾ ਚੇਂਜ ਹੋ ਗਿਆ, ਅਤੇ ਅਗਲੇ 30-35 ਸਾਲ ਜਾਂ ਸਮਝ ਲਓ 50 ਸਾਲ ਦੇ ਵਿੱਚ ਕਿੰਨਾ ਕੁ ਬਦਲਾਅ ਆ ਸਕਦਾ ਹੈ। ਅਸੀਂ ਬਾਕੀ ਚਲੋ ਆਪਾਂ ਦੁਨੀਆ ਦੀ ਗੱਲ ਛੱਡ ਦਈਏ, ਅਸੀਂ ਪੰਜਾਬ ਦੀ ਉਹ ਜੇ ਗੱਲ ਕਰੀਏ ਤਾਂ ਪਿਛਲੇ 50 ਸਾਲਾਂ 'ਚ ਕਿੰਨਾ ਕੁ ਬਦਲਾਅ ਆਇਆ, ਅਤੇ ਅਗਲੇ 50 ਸਾਲਾਂ 'ਚ ਕਿੰਨਾ ਕੁ ਬਦਲਾਅ ਆ ਸਕਦਾ। ਚਲੋ 50 ਜੇ ਨਾ ਵੀ 50 ਸਾਲ ਨਾ ਵੀ ਲਾਈਏ, 30 ਲਾ ਲਈਏ, ਉਹ ਵੀ ਠੀਕ ਠੀਕ ਲਾ ਕੇ 30 'ਚ ਵੀ 250 ਬਣ ਜਾਂਦਾ, 250, ਚਲੋ 30 ਸਾਲ ਬਾਅਦ ਦੁਨੀਆ ਕਿਹੋ ਜਿਹੀ ਹੋਏਗੀ, ਕੀ ਤੁਸੀਂ ਫਰਕ ਮਹਿਸੂਸ ਕਰਦੇ ਹੋ,
ਬਹੁਤ ਸਾਰੇ ਅੰਕੜੇ ਹੋਰ ਵੀ ਨੇ ਮੇਰੇ ਕੋਲ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਬ੍ਰੇਕ ਤੋਂ ਬਾਅਦ ਕਿ ਕੀ ਕਹਿੰਦੇ ਨੇ ਅੰਕੜੇ ਕਿ ਕੀ ਹੋ ਸਕਦਾ 2050 ਦੇ ਵਿੱਚ ਜਾਂ ਅੱਜ ਤੋਂ 50 ਕੁ ਸਾਲ ਬਾਅਦ। ਪਹਿਲਾਂ ਇੱਕ ਦੇਖਦੇ ਹੁੰਦੇ ਸੀ ਅਖਬਾਰ ਦੇ ਵਿੱਚ ਆਉਂਦੀ ਹੁੰਦੀ ਸੀਗੀ, ਫੋਟੋ ਜੀ ਆਉਂਦੀ ਸੀਗੀ ਕਿਸੇ ਫਿਲਮੀ ਕਲਾਕਾਰ ਦੀ, ਤਾਂ ਉੱਤੇ ਫੋਟੋ ਬਣਾ ਕੇ ਲਿਖਿਆ ਹੁੰਦਾ ਸੀ ਅੱਜ ਅਤੇ ਅੱਜ ਤੋਂ 30 ਸਾਲ ਬਾਅਦ। ਉਹ ਦੂਜੀ ਫੋਟੋ ਜਿਹੜੀ ਹੁੰਦੀ ਉਹ ਤਾਂ ਝੋੜੀਆਂ ਜਿਹੀਆਂ ਬਣਾਉਂਦੇ ਸੀ ਅਤੇ ਵਾਲ ਵਿੰਗੇ ਟੇਢੇ ਕਰਦੇ, 30 ਕੁ ਸਾਲ ਬਾਅਦ ਬੰਦਾ ਇੱਦਾਂ ਦਾ ਹੋਊ ਆਈਡੀਆ ਲਾਉਂਦਾ ਸੀ, ਮੈਂ ਇੱਦਾਂ ਦਾ ਹੂੰ 30 ਸਾਲ ਬਾਅਦ। ਸਾਡਾ ਪੰਜਾਬ 30 ਸਾਲ ਬਾਅਦ ਕੀ ਹੋਏਗਾ, ਆਪਾਂ ਇਹ ਅੱਜ ਗੱਲਬਾਤ ਕਰਨੀ ਆ ਅਤੇ ਇਸ ਗੱਲਬਾਤ ਦੇ ਨਾਲ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲਵਾਂਗੇ ਰੋਜ਼ ਦੀ ਤਰ੍ਹਾਂ, ਅਤੇ ਨਾਲ ਦੀ ਨਾਲ ਆਪਾਂ ਜਿਹੜੀ ਗੱਲਬਾਤ ਕੋਈ ਵੀ ਇੱਕ ਮੈਂ ਬੇਨਤੀ ਜਿਹੜੀ ਪਹਿਲਾਂ ਕੀਤੀ ਹੈ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਵੀ ਆਹ ਜਿਹੜੀ ਮਰਦਮਸ਼ੁਮਾਰੀ ਹੋਣੀ ਆ 1 ਅਪ੍ਰੈਲ ਨੂੰ, ਇਹਦੇ ਬਾਰੇ ਜ਼ਰੂਰ ਜ਼ਰੂਰ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ, ਕੀ ਪ੍ਰੋਸੀਜਰ ਹੈ, ਜਿਹੜੇ ਮੇਰੇ ਅੱਗੇ ਘੱਟ ਪੜ੍ਹੇ ਲਿਖੇ ਹੈ ਜਾਂ ਉਹਨਾਂ ਨੂੰ ਕਿਵੇਂ ਕਰਨਾ ਚਾਹੀਦਾ, ਕਿਵੇਂ ਉਹ ਲੌਗਇਨ ਕਰਕੇ ਜਾਂ ਕਿੱਥੇ ਜਾ ਕੇ ਇਸ ਚੀਜ਼ ਨੂੰ ਦਰਜ ਕਰਵਾ ਸਕਦੇ ਨੇ ਆਪਣਾ ਨਾਮ। ਬਹੁਤ 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 ਜ਼ਰੂਰੀ ਹੈ ਇਹ ਚੀਜ਼ ਸਾਡੇ ਵਾਸਤੇ, ਖਾਸ ਤੌਰ 'ਤੇ ਪੂਰੇ ਪੰਜਾਬੀਆਂ ਵਾਸਤੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਪ੍ਰੋਗਰਾਮ ਦਾ ਵਿਸ਼ਾ ਮੈਂ ਤੁਹਾਨੂੰ ਦੱਸ ਦਿੱਤਾ ਔਰ ਬੜਾ ਵੈਸੇ ਤਾਂ ਅਜੀਬ ਜਿਹਾ ਵਿਸ਼ਾ ਹੈਗਾ ਕਿ ਕੀ ਕਿਹੋ ਜਿਹਾ ਮਾਹੌਲ ਹੋਏਗਾ, ਆਪਾਂ ਚਲੋ ਦੱਸਦੇ ਹਾਂ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਹੋਏਗਾ, ਕੀ ਟ੍ਰੈਫਿਕ ਦਾ ਮਾਹੌਲ ਹੋਏਗਾ, ਕੀ ਬੱਚਿਆਂ ਦਾ ਮਾਹੌਲ ਹੋਏਗਾ। ਸੋ ਕੀ ਵਿਚਾਰ ਨੇ ਤੁਹਾਡੇ, ਫਟਾਫਟ ਤੁਹਾਡੀਆਂ ਕਾਲਾਂ ਲੈਂਦੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੱਗੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਜੀ? ਆਪਣੇ ਜੱਗੀ ਭਾਈ ਜੀ, ਆਪਣਾ ਇੰਡੀਅਨ ਮੀਡੀਆ ਕੋਰੋਨਾ ਵਾਇਰਸ ਤੇ ਬੜਾ ਸਾਇਲੈਂਸ ਹੈ ਜੀ, ਕੀ ਗੱਲ ਹੈ, ਗੱਲ ਕਿਉਂ ਕਰ ਰਹੇ? ਇੰਡੀਆ ਤੇ ਕੋਰੋਨਾ ਵਾਇਰਸ ਤੇ 24 ਘੰਟੇ ਚੱਲੀ ਜਾਂਦੇ ਪ੍ਰੋਗਰਾਮ ਸਾਰੇ। ਨਹੀਂ ਭਾਜੀ, ਗੱਲ ਸੁਣੋ ਮੇਰੀ। ਹਾਂਜੀ, ਅਮਰੀਕਾ ਨੇ ਦੱਸਿਆ, ਕਹਿੰਦੇ ਇੰਡੀਆ ਦੇ ਵਿੱਚ 500 ਮਿਲੀਅਨ ਲੋਕ ਹੈ ਜੇ ਤੇ ਇਸ ਤੋਂ ਪ੍ਰਭਾਵਿਤ ਹੋਣਗੇ। ਤੁਸੀਂ ਕੀ ਗੱਲਾਂ ਕਰਦੇ ਆ, ਜਿਹੜੀਆਂ ਤੁਸੀਂ ਗੱਲਾਂ ਟੀਵੀਆਂ ਤੇ ਕਰਦੇ ਆ, ਭਲਾ ਏਦਾਂ ਦੇ ਸਿਸਟਮ ਟਾਈਮ ਤੇ ਕਰਨ ਵਾਲੀਆਂ? ਤੁਸੀਂ ਲੋਕਾਂ ਨੂੰ ਅਲਰਟ ਕਰੋ। ਉਹ ਕਹਿੰਦੇ ਇੰਡੀਆ ਦੀ ਹਾਫ ਪਾਪੂਲੇਸ਼ਨ ਦਾ ਇਮਿਊਨ ਸਿਸਟਮ ਇੰਨਾ ਕਮਜ਼ੋਰ ਆ ਵੀ ਹਾਫ ਪਾਪੂਲੇਸ਼ਨ ਇੰਪੈਕਟ ਹੋ ਗਈ ਇਸ ਤੋਂ। ਚਲੋ ਸਰ, ਮੈਂ ਕਹਿੰਦਾ ਹੁਣ ਤੁਸੀਂ ਫੋਨ ਤੇ ਨਹੀਂ, ਤੁਸੀਂ ਸਾਰਾ ਇੰਡੀਅਨ ਮੀਡੀਆ, ਜੇ ਇੱਥੇ ਕੋਈ ਸਰਦਾਰ ਦੇ ਕੋਈ ਗੋਰਾ ਪੱਗ ਮਾਰ ਦੇਵੇ, ਤੁਸੀਂ ਲਾਈਵ ਕਰਦੇ ਆ ਤੇ ਅੱਧਾ ਇੰਡੀਆ ਇਸ ਪ੍ਰੋਬਲਮ ਚ ਫਸਿਆ, ਤੇ ਤੁਸੀਂ ਉਹਦੀਆਂ ਗੱਲਾਂ ਹੀ ਨਹੀਂ ਕਰਦੇ। ਤੁਸੀਂ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਪਹਿਲਾਂ ਆਪਣਾ ਨਾਮ ਦੱਸੋ, ਕੌਣ ਬੋਲਦੇ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ। ਨਹੀਂ ਨਹੀਂ ਭਾਜੀ, ਨਾਮ ਦੀ ਨਹੀਂ ਗੱਲ, ਮੈਂ ਗੱਲ ਕਰਦਾ ਵੀ ਮੀਡੀਆ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਹਰ ਵੇਲੇ ਝੂਠੇ ਬੋਲੀ ਜਾਣਾ। ਤੁਸੀਂ ਯਾਰ ਲੋਕਾਂ ਨੂੰ ਦੱਸੋ ਉੱਥੇ ਜਿਹੜਾ ਫੂਡ ਆਉਂਦਾ ਖਾਈਏ ਕਿ ਨਾ ਖਾਈਏ, ਉੱਥੇ ਜਿਹੜੀਆਂ ਮੇਰੀ ਗੱਲ ਸੁਣੋਗੇ ਜਾਂ ਆਪਣੀ ਆਪਣੀ ਗੱਲ ਕੰਪਲੀਟ? ਨਹੀਂ ਨਹੀਂ ਦੱਸੋ, ਤੁਸੀਂ ਦੱਸੋ, ਪਹਿਲਾਂ ਮੇਰੀ ਗੱਲ ਸੁਣੋ, ਪਹਿਲਾਂ ਮੇਰੀ ਗੱਲ ਸੁਣੋ, ਪਹਿਲਾਂ ਮੇਰੀ ਗੱਲ ਸੁਣੋ। ਤੁਸੀਂ ਕਾਲ ਕੀਤੀ, ਤੁਹਾਡਾ ਧੰਨਵਾਦ। ਇਹ ਇੰਟਰਨੈਸ਼ਨਲ ਟੀਵੀ ਹੈ, ਪਹਿਲੀ ਗੱਲ ਤਾਂ ਆਪਾਂ ਨੂੰ ਤੁਸੀਂ ਸੁਝਾਅ ਦੇਣਾ, ਸੁਝਾਅ ਤੁਹਾਡੇ ਸਿਰ ਮੱਥੇ, ਤੁਸੀਂ ਗੱਲ ਕਰੋ, ਅਸੀਂ ਉਹ ਗੱਲ ਕਰਾਂਗੇ, ਸਾਡੇ ਕੋਲ ਜਿਹੜੇ ਅੰਕੜੇ ਆਉਣਗੇ ਗੱਲ ਕਰਾਂਗੇ। ਪਰ ਆ ਤੁਸੀਂ ਕੀ ਗੱਲ, ਤੁਹਾਡੇ ਸਿਆਣੇ ਬੰਦੇ ਮੈਨੂੰ ਸੋਭਾ ਦਿੰਦੀ ਜਿਹੜੀ ਤੁਸੀਂ ਬੋਲੀ ਆ, ਗੋਰਾ ਐਂ ਕਰਦੇ ਹੋ, ਤੁਸੀਂ ਲਾਈਵ ਕਰ ਦਿੰਦੇ ਹੋ, ਸਿਆਣੇ ਬੰਦੇ ਸੋਭਾ ਨਹੀਂ ਦਿੰਦੇ। ਸਾਡਾ ਮੀਡੀਆ, ਤੁਸੀਂ ਸੈਕਸ ਦੀ ਗੱਲ ਹੋ ਜਾਵੇ ਤਾਂ ਤੁਸੀਂ ਲਾਈਵ ਸ਼ੋਅ ਕਰਦੇ ਆ, ਤੁਸੀਂ ਇੰਡੀਆ ਸਾਰਾ ਪੰਜਾਬ ਪ੍ਰੋਬਲਮ 'ਚ ਫਸਿਆ, ਤਾਂ ਉਹਦੀ ਤੁਸੀਂ ਗੱਲ ਨਹੀਂ ਕਰਦੇ। ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਮੀਡੀਆ ਚੁੱਪ, ਮੇਰੀ ਜੇ ਤਾਂ ਗੱਲ ਸੁਣ ਲਓ। ਤੁਸੀਂ ਜਗਪਾਲ ਸਿੰਘ ਬੋਲਦੇ ਹੋ, ਫੋਨ ਨੰਬਰ ਮੈਂ ਤੁਹਾਡਾ ਨੋਟ ਕਰ ਲਿਆ, 650 ਏਰੀਆ ਕੋਡ ਵਾਲਾ ਜਿਹੜਾ ਹੈਗਾ, ਮੈਂ ਤੁਹਾਨੂੰ ਆਫ ਦੀ ਏਅਰ ਗੱਲ ਕਰੂੰਗਾ। ਥੋੜ੍ਹੀ ਜਿਹੀ ਗੱਲ ਕਰਨੀ ਸਿੱਖੋ ਔਨ ਏਅਰ ਭਾਅ ਜੀ, ਲੱਖਾਂ ਧੀਆਂ ਪੈਣਾ, ਰੋਟੀ ਪਾਣੀ ਦਾ ਟਾਈਮ ਆ ਲੋਕਾਂ ਦਾ। ਬਾਕੀ ਜਿਹੜੀ ਗੱਲ ਤੁਸੀਂ ਕੀਤੀ 5 ਮਿਲੀਅਨ ਦੀ, ਇਹਨਾਂ ਨੇ ਗੱਲ ਕੀਤੀ ਕਿ 5 ਮਿਲੀਅਨ ਬੰਦਾ ਉੱਥੇ, ਸਾਨੂੰ ਪਰੂਫ ਭੇਜੋ, ਸਾਨੂੰ ਇੱਕ ਮਿੰਟ ਤੋਂ ਪਹਿਲਾਂ ਅਸੀਂ ਸਾਰਾ ਕੁਝ ਦਿਖਾਵਾਂਗੇ ਤੁਹਾਡੇ। ਜਿੱਦਾਂ ਹੁਣ ਸੋਸ਼ਲ ਮੀਡੀਆ 'ਤੇ ਤੁਸੀਂ ਪੜ੍ਹ ਕੇ ਕਿਤੇ ਜਾਂ ਗੱਲ ਕਰਤੀ, ਉਹ ਅਸੀਂ ਗੱਲ ਇਹਦਾ ਟੀ ਵੀ 'ਤੇ ਨਹੀਂ ਦਿਖਾਉਂਦੇ, ਸੋਸ਼ਲ ਮੀਡੀਆ ਵਾਲੇ ਤਾਂ ਕੁਝ ਦਾ ਕੁਝ ਦਿਖਾ ਦਿੰਦੇ ਨੇ। ਤੁਸੀਂ ਸਾਨੂੰ ਮੇਰਾ ਈਮੇਲ ID ਨੋਟ ਕਰ ਲਓ, ਮੇਰਾ ਫੋਨ ਨੰਬਰ 209-450-3362 ਹੈਗਾ। ਲੌਜਿਕ ਨਾਲ ਗੱਲ ਕਰੋ, ਪਿਆਰ ਨਾਲ ਗੱਲ ਕਰੋ, ਅਸੀਂ ਜਿੰਨਾ ਤੁਸੀਂ ਚਿੰਤਾ ਤੋਂ ਤੁਹਾਡੀਆਂ ਗੱਲਾਂ ਲੱਗਦਾ, ਤੁਸੀਂ ਪੰਜਾਬ ਪ੍ਰਤੀ ਬਹੁਤ ਚਿੰਤਾ 'ਚ ਹੋ, ਚਿੰਤਾ 'ਚ ਹੋਣਾ ਚਾਹੀਦਾ, ਪਰ ਚਿੰਤਾ ਤੁਸੀਂ ਪੈਨਿਕ ਹੋ ਗਏ, ਤੁਸੀਂ ਗੁੱਸੇ 'ਚ ਆ ਗਏ। ਮੇਰਾ ਨੰਬਰ 209-450-3362 ਨੋਟ ਕਰ ਲਓ, ਗੱਲ ਕਰੋ, ਆਪਾਂ ਕੱਲ੍ਹ ਨੂੰ ਪੂਰਾ ਪ੍ਰੋਗਰਾਮ ਉਸੇ 'ਤੇ ਰੱਖ ਲਾਂਗੇ। ਸਾਨੂੰ ਥੋੜ੍ਹਾ ਜਿਹਾ ਲੌਜਿਕ ਦੱਸੋ, ਇਹਦੇ 'ਚ ਕੋਈ ਸ਼ੱਕ ਨਹੀਂ ਇੰਡੀਆ ਦੇ ਵਿੱਚ ਇਮਿਊਨ ਸਿਸਟਮ ਬਹੁਤ ਮਾੜਾ, ਪਰ ਮੈਂ ਸਮਝਦਾ ਕਿ ਇੰਡੀਆ ਦੇ ਵਿੱਚ ਜਿੰਨਾ ਕੁਛ ਅਸੀਂ ਖਾਂਦੇ ਹਾਂ ਪੁੱਠਾ ਸਿੱਧਾ, ਉੱਥੇ ਬੇਹਾ ਬੂਹਾ ਖਾਣਾ ਪੈਂਦਾ, ਮਿਲਾਵਟੀ ਖਾਣਾ ਪੈਂਦਾ, ਇੰਡੀਆ ਵਾਲਾ ਇਮਿਊਨ ਸਿਸਟਮ ਇੱਥੇ ਵਾਲਿਆਂ ਨੂੰ ਵਧੀਆ। ਫਿਰ ਵੀ ਮੇਰਾ ਨੰਬਰ ਤੁਸੀਂ ਨੋਟ ਕਰਕੇ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹਾਦਰ ਸਿੰਘ ਸਿਆਡਲ ਤੋਂ ਬੋਲ ਰਿਹਾ ਜੀ। ਜੀ ਬਹਾਦਰ ਸਿੰਘ ਜੀ, ਮੈਂ ਤੁਹਾਨੂੰ ਫੋਨ ਲਾ ਰਿਹਾ ਸੀ, ਮੈਂ ਕਿਹਾ ਬਹੁਤ ਜ਼ਰੂਰੀ ਹੈ, ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਸ ਗੱਲ ਨੂੰ ਦੁਬਾਰਾ ਰਿਪੀਟ ਪਟੀਸ਼ਨ ਚ ਪਾ ਦਿੱਤਾ ਹੈ ਜੀ। ਤੇ ਉਹਦਾ ਇਹ ਹੈ ਕਿ ਜੀ ਜੀ ਬਹਾਦਰ ਸਿੰਘ ਜੀ ਦੱਸੋ ਕੀ ਕੀ ਕਰਨਾ ਚਾਹੀਦਾ। ਹੈਲੋ ਹੈਲੋ
ਹਾਂਜੀ ਜੀ ਦੱਸੋ। ਦੂਸਰਾ ਇਹ ਹੈ ਕਿ ਤੁਸੀਂ ਪਲੀਜ਼ ਸਾਰੀਆਂ ਸਿੱਖ ਸੁਸਾਇਟੀਜ਼ ਨੂੰ, ਸਾਰੀਆਂ ਪੰਜਾਬੀ ਸੁਸਾਇਟੀਜ਼ ਨੂੰ ਇਹ ਰਿਕੁਐਸਟ ਕਰੋ ਕਿ ਟੋਟਲੀ ਅਲਰਟ ਹੋ ਕੇ 10-15 ਦਿਨ ਦਾ ਜੋ ਟਾਈਮ ਹੈ, ਅੱਜ ਕੱਲ ਅਸੀਂ ਨਾ ਮੰਦਰ ਵਿੱਚ ਜਾ ਸਕਦੇ ਹਾਂ ਨਾ ਗੁਰਦੁਆਰੇ ਵਿੱਚ ਜਾ ਸਕਦੇ ਹਾਂ, ਔਰ ਤੁਸੀਂ ਜਿਸ ਤਰ੍ਹਾਂ ਵੀ ਹੈ ਵੱਧ ਤੋਂ ਵੱਧ ਟੀਵੀ ਦੇ ਇਸ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਅਲਰਟ ਕਰੋ ਕਿ ਹਰ ਸੁਸਾਇਟੀ ਹਰ ਹਾਲਤ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਅਲਰਟ ਕਰੇ ਕਿ ਤੁਸੀਂ ਇਸ ਗੱਲ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਾ ਹੈ। ਬਹਾਦਰ ਸਿੰਘ ਜੀ, ਔਰ ਜਿਸ ਤਰ੍ਹਾਂ ਮੈਂ ਅੱਗੇ ਦੱਸ ਚੁੱਕਾ ਹਾਂ, ਬਹਾਦਰ ਸਿੰਘ ਜੀ ਇੱਕ ਮਿੰਟ ਮੇਰੀ, ਕੋਈ ਕਿਸੇ ਕਿਸਮ ਦਾ ਇੱਥੇ ਡਰ ਦੀ ਲੋੜ ਨਹੀਂ। ਸੈਂਸਸ ਦੇ ਡਿਫਰੈਂਟ ਡਿਪਾਰਟਮੈਂਟ ਦੇ ਹਿਸਾਬ ਦੇ ਉੱਤੇ ਤੁਸੀਂ ਕਿੱਥੇ ਵੀ ਰਹਿੰਦੇ ਹੋ, ਕੱਚੇ ਹੋ, ਪੱਕੇ ਹੋ। ਬਹਾਦਰ ਸਿੰਘ ਜੀ, ਬਹਾਦਰ ਸਿੰਘ ਜੀ ਇਹ ਦੱਸੋ ਲੋਕ ਕਿੱਥੇ ਜਾ ਕੇ ਆਪਣਾ ਨਾਮ ਦਰਜ ਕਰਾਉਣ? ਉਹ ਮੈਂ ਦੱਸਦਾ ਵੀ ਕਿੱਥੇ ਹੈਗਾ, ਕਿੱਥੇ ਕਿੱਥੇ ਇਹ ਵੋਟ ਦਰਜ ਹੋ ਸਕਦੀ ਹੈ, ਉਹ ਜਾਣਕਾਰੀ ਤੁਹਾਡੇ ਕੋਲ ਹੈਗੀ ਤਾਂ ਉਹ ਸਾਂਝੀ ਕਰੋ ਕਿਰਪਾ ਕਰਕੇ ਜੀ। ਹੈਲੋ ਹੈਲੋ, ਤੁਸੀਂ ਬਹਾਦਰ ਸਿੰਘ ਜੀ ਆਪਾਂ ਟਾਈਮ ਵੇਸਟ ਕਰ ਰਹੇ ਹਾਂ, ਟਾਈਮ ਵੇਸਟ ਨਾ ਕਰੀਏ, ਟੀਵੀ ਦੀ ਆਵਾਜ਼ ਘੱਟ ਕਰਕੇ ਤੁਸੀਂ ਦੱਸੋ ਕੋਲ ਫਾਰਮ ਪਹੁੰਚ ਜਾਣਗੇ ਔਰ ਉਹਨਾਂ ਫਾਰਮਾਂ ਨੂੰ ਹਰ ਹਾਲਤ ਵਿੱਚ ਭਰਨਾ, ਉਹਦੇ ਵਿੱਚ ਜੋ ਕੁਛ ਉਹਨਾਂ ਨੇ ਕਿਹਾ ਉਹਦੀ ਇਨਫੋਰਮੇਸ਼ਨ ਦਿੱਤੀ ਜਾਏ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਰੁਕ ਕਿਉਂ ਜਾਂਦੇ ਹੋ, ਟੀਵੀ ਵੱਲ ਨਾ ਧਿਆਨ ਦਿਓ, ਮੈਨੂੰ ਕੱਟਣੇ ਪਏਗੀ ਕਾਲ ਤੁਹਾਡੀ। ਹਾਂਜੀ ਰੱਬਾ ਸਰ ਜੀ, ਮੈਂ ਮੁਆਫੀ ਚਾਹੁੰਦਾ, ਮੈਂ ਬਾਰ ਬਾਰ ਬੇਨਤੀ ਵੀ ਕਰੀ ਜਾਂਦਾ, ਮੇਰੀ ਗੱਲ ਸੁਣ ਨਹੀਂ ਰਹੇ, ਪਹਿਲਾਂ ਵੀ ਬੇਨਤੀ ਕਰੀ ਦੀ ਹੈ ਵੀ ਕਿਰਪਾ ਕਰਕੇ ਧਿਆਨ ਫੋਨ ਵੱਲ ਦਿਓ। ਗੱਲ ਵਧੀਆ ਸੀ ਲੇਕਿਨ ਰੁਲ ਗਈ, ਜਾਣਕਾਰੀ ਮੈਂ ਚਾਹੁੰਦਾ ਸੀ ਸਾਡੇ ਦਰਸ਼ਕਾਂ ਨੂੰ ਮਿਲੇ, ਪਰ ਜਾਣਕਾਰੀ ਉਹ ਅਜੀਬੋ ਕਚਕੜਾ ਜੀ ਹੋ ਗਈ ਜਾਣਕਾਰੀ। ਚਲੋ ਇੱਕ ਵਾਰੀ ਹੋਰ ਕੋਸ਼ਿਸ਼ ਕਰਾਂਗੇ, ਅਗਰ ਉਹਨਾਂ ਦਾ ਨੰਬਰ ਜਿਹੜਾ ਉਹ ਲੱਗ ਗਿਆ ਤਾਂ। ਹੈਲੋ 20-20 ਭਰ ਕੇ ਬਹਾਦਰ ਸਿੰਘ ਜੀ। ਹੈਲੋ ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਪਹਿਲਾਂ ਬੰਦ ਕਰੋ ਜੇ ਗੱਲ ਕਰਨੀ, ਮੈਂ ਤੁਹਾਡਾ ਫੋਨ ਕੱਟਣ ਲੱਗਿਆ। ਨਹੀਂ ਉਹ ਤੁਸੀਂ ਹਰ ਹਾਲਤ ਵਿੱਚ ਕਿਸੇ ਨਾ ਕਿਸੇ ਦੀ ਹੈਲਪ ਲੈ ਕੇ ਫਾਰਮ ਨੂੰ ਕੰਪਲੀਟ ਕਰੋ। ਚਲੋ ਮਿਹਰਬਾਨੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹਾਂਜੀ ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਤੇ ਇਹ ਕੈਨੇਡਾ ਦੇ ਵਿੱਚ ਵੀ ਹੈ ਜੀ ਇਸ ਤਰ੍ਹਾਂ ਦਾ ਕੁਝ ਮਰਦਮਸ਼ੁਮਾਰੀ ਵਾਲਾ ਜਾਂ ਨਹੀਂ ਧੀਰ ਸਾਹਿਬ? ਹਾਂ ਸਾਡੇ, ਅਸੀਂ ਤਾਂ ਪੰਜਾਬੀ ਲਿਖਾਉਂਦੇ ਹਾਂ, ਪਰ ਪਹਿਲਾਂ ਭਾਈ ਸਾਹਿਬ ਕੁਛ ਹੋਰ ਹੀ ਬੋਲੀ ਜਾਂਦੇ, ਦੱਸੋ। ਉਹ ਸਮਝ ਨਹੀਂ ਆਈ ਉਹਨਾਂ ਨੂੰ, ਚਲੋ ਉਹ, ਚਲੋ ਉਹਨਾਂ ਨੂੰ ਛੱਡੋ ਜੀ। ਅੱਛਾ ਪਹਿਲਾਂ ਤਾਂ ਮੈਂ ਗੱਲ, ਚਲੋ ਉਹਨਾਂ ਦੀ ਸਮਝ ਦੀ ਗੱਲ ਸੀ। ਅੱਛਾ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਬਾਲਟੀ ਦੀ ਗੱਲ ਸੁਣਾਈ ਸੀ ਜੀ, ਤੇ ਮਹਾਰਾਜਾ ਰਣਜੀਤ ਸਿੰਘ ਨੇ ਜੀ ਉਹਨਾਂ ਨੂੰ ਇੱਕ ਘੋੜੀ ਬੜੀ ਪਸੰਦ ਸੀ, ਘੋੜੀ ਦਾ ਨਾਂ ਸੀ ਲਾਲੀ। ਲਾਲੀ, ਅੱਛਾ ਜੀ। ਘੋੜੀ ਬਹੁਤ ਸ਼ਾਨਦਾਰ ਸੀ ਜੀ, ਉਹ ਪਰ ਉਹ ਪਠਾਣਾ ਕੋਲ ਸੀ ਜੀ। ਪਹਿਲਾਂ ਤਾਂ ਪਠਾਣਾ ਨੂੰ ਕਿਹਾ ਵੀ ਤੁਸੀਂ ਇਹ ਘੋੜੀ ਦੇ ਦਿਓ, ਨਹੀਂ ਮੰਨੇ, ਤੁਸੀਂ ਦੇ ਲਓ। ਫਿਰ ਇਹ ਚੜਾਈ ਕਰਤੀ ਮਹਾਰਾਜਾ ਰਣਜੀਤ ਸਿੰਘ ਨੇ ਘੋੜੀ ਲੈਣ ਪਿੱਛੇ। ਅੱਛਾ ਜੀ। ਤੇ 1100 ਫੌਜੀ ਮਰਿਆ। ਅੱਛਾ ਜੀ। ਮਹਾਰਾਜਾ ਰਣਜੀਤ ਸਿੰਘ ਦਾ। ਅੱਛਾ ਜੀ। ਹੁਣ ਤੁਸੀਂ ਦੇਖੋ ਦੂਜੇ ਪਾਸੇ ਵੀ ਬਹੁਤ ਫੌਜੀ ਮਰੇ ਜੀ, ਘੋੜੀ ਘੋੜੀ ਤਾਂ ਲੈ ਲਈ, ਘੋੜੀ ਤਾਂ ਲੈ ਲਈ, ਪਰ ਆਪਣੇ 1100 ਫੌਜੀ ਬਹਾਦਰ ਜਵਾਨ ਸ਼ਹੀਦ ਕਰਵਾ ਕੇ। ਮੈਂ ਅਕਲਮੰਦੀ ਨੀ ਮੰਨਦਾ। ਹਾਂਜੀ ਜੀ ਬਿਲਕੁਲ, 1100 ਫੌਜੀ ਸ਼ਹੀਦ ਕਰਵਾ ਕੇ ਤੇ ਫਿਰ ਥੋੜਾ ਜਿਹਾ ਬਰਕਤ ਪਈ ਘੋੜੀ ਲਈ ਜੀ। ਤੇ ਹਾਲਾਂਕਿ ਉਹਨਾਂ ਦੇ ਕੋਲ ਕਿਤੇ ਘੋੜਿਆਂ ਦਾ ਘਾਟਾ ਸੀ। ਹਾਂਜੀ ਹਾਂਜੀ ਹਾਂਜੀ। ਅੱਛਾ, ਇਹ ਮਤਲਬ ਇਤਿਹਾਸ ਆ ਜੀ ਇਹ ਗੱਲਾਂ ਬਾਤਾਂ ਜਿਹੜੀਆਂ। ਹਾਂਜੀ ਇਤਿਹਾਸ ਦੇ ਵਿੱਚ, ਹਾਂ ਇਤਿਹਾਸ ਦੇ ਵਿੱਚ ਦਰਜ ਨੇ, ਮੇਰੇ ਕੋਲ ਕਿਤਾਬਾਂ ਪਈਆਂ ਨੇ, ਪ੍ਰੋਫੈਸਰ ਪਿਆਰਾ ਸਿੰਘ ਦਾਤਾ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ। ਅੱਛਾ ਜੀ। ਸਿੱਖ ਇਤਿਹਾਸ ਦੇ ਖੂਨੀ ਪੱਤਰੇ ਉਹਦੇ ਵਿੱਚ ਸਭ ਕੁਝ ਹੁੰਦਾ। ਠੀਕ ਹੈ ਜੀ, ਠੀਕ ਹੈ, ਚਲੋ। ਤੇ ਹੁਣ ਤੁਸੀਂ ਗੱਲ ਕੀਤੀ ਆ ਪੰਜਾਬੀ ਜ਼ਬਾਨ ਦੀ, ਮੈਂ ਗੱਲ ਕੀਤੀ ਹੈ ਜੀ ਆਉਣ ਵਾਲੇ 50 ਸਾਲਾਂ 'ਚ ਕੀ ਮਾਹੌਲ ਹੋਏਗਾ, 30 ਸਾਲਾਂ 'ਚ, 50 ਸਾਲਾਂ 'ਚ ਪੰਜਾਬ ਦਾ ਕੀ ਮਾਹੌਲ ਹੋਏਗਾ, ਪੰਜਾਬੀਆਂ ਦਾ ਕੀ ਮਾਹੌਲ ਹੋਏਗਾ? ਮਾਹੌਲ ਤਾਂ ਦੇਖੋ ਜੀ, ਜੇ ਤਾਂ ਅੱਜ ਦੇ ਟਾਈਮ 'ਚ ਸਰਕਾਰਾਂ ਨਾ ਸੁਧਰੀਆਂ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਆ ਜੀ, ਪਾਣੀ ਗੰਦਾ, ਹਵਾ ਗੰਦੀ, ਖਾਣਾ ਗੰਦਾ, ਸਭ ਕੁਝ ਗੰਦਾ ਜੀ, ਤੇ ਇਸ ਹਿਸਾਬ ਦਾ ਤਾਂ ਲੋਕਾਂ ਦੀ ਉਮਰ ਘੱਟਦੀ ਜਾਊ ਤੇ ਬਿਮਾਰੀਆਂ ਝੁੰਬੜਦੀਆਂ ਜਾਣਗੀਆਂ।
ਜੀ ਤੇ ਟੈਕਨੋਲੋਜੀ ਦੇ ਪੱਖੋਂ ਤਾਂ ਐਡਵਾਂਸ ਜਾਓ, ਕਿਉਂਕਿ ਸਾਡਾ ਜ਼ਮਾਨਾ ਹੁੰਦਾ ਸੀ ਜਦੋਂ ਮੈਂ ਆਇਆ ਸੀ ਕੈਨੇਡਾ, ਮੈਂ ਟੈਲੀਗ੍ਰਾਮ ਕੀਤੀ ਸੀ ਅੱਛਾ ਜੀ ਤਾਰ, ਹਾਂਜੀ, ਤੇ ਅੱਜ ਕੱਲ ਦੇ ਬੱਚਿਆਂ ਨੂੰ ਤਾਰ ਦਾ ਨੀ ਪਤਾ ਕੀ ਹੁੰਦੀ ਹੈ, ਟੈਲੀਗ੍ਰਾਮ ਬੰਦ ਹੀ ਹੋ ਗਈ ਜੀ। ਉਦੋਂ ਕਿੱਥੇ ਸੀ, ਉਦੋਂ ਟੈਲੀਫੋਨ ਦੇ ਕਨੈਕਸ਼ਨ ਹੈ ਹੀ ਨੀ ਸੀ ਡਾਇਰੈਕਟ ਇੰਡੀਆ, ਤੇ ਫਿਰ ਅਸੀਂ ਜਦੋਂ ਟੈਲੀਫੋਨ ਬੁੱਕ ਕਰਾਉਣੇ ਪਹਿਲਾਂ ਮੌਂਟਰੀਆਲ ਨੂੰ ਬੁੱਕ ਕਰਾਉਣੇ, ਉੱਥੋਂ 3-4 ਘੰਟੇ ਰਾਤ ਲੰਘ ਜਾਣੀ ਵੇਟ ਕਰਨੀ। ਆਉਣ ਵਾਲੇ ਸਮੇਂ ਚ ਕੀ ਲੱਗਦਾ, ਆਉਣ ਵਾਲੇ ਸਮਾਂ 25-30 ਸਾਲ ਬਾਅਦ ਦੀ ਗੱਲ ਕਰੀਏ, ਟੈਕਨੋਲੋਜੀ ਦਾ ਜਾਏਗੀ ਐਡਵਾਂਸ ਤੇ ਮੈਡੀਕਲ ਸਿਸਟਮ ਵੀ ਐਡਵਾਂਸ ਹੋਏਗਾ ਜੀ, ਨੌਕਰੀਆਂ ਪਹਿਲਾਂ ਦੇਖੋ, ਹਾਂਜੀ ਨੌਕਰੀਆਂ ਚਲੀ ਜਾਣੀ ਪਰ ਨੌਕਰੀਆਂ ਹੋਰ ਪੈਦਾ ਹੋ ਜਾਣਗੀਆਂ। ਅੱਛਾ ਜੀ, ਜੇ ਅੱਜ ਕੱਲ ਆਨਲਾਈਨ ਸਭ ਕੁਛ ਹੋ ਗਿਆ ਤੇ ਆਨਲਾਈਨ ਡਿਲੀਵਰੀ ਕਰਨ ਵਾਲੇ ਵੀ ਹੋ ਗਏ, ਟਰੱਕ ਵੀ ਹੋ ਗਏ, ਡਰਾਈਵਰ ਵੀ ਬਣ ਗਏ, ਤੇ ਪਾਰਕਿੰਗ ਵਗੈਰਾ ਦੀ ਸਮੱਸਿਆ ਕਿੰਨੀ ਕੁ ਹੋਏਗੀ ਆਉਣ ਵਾਲੇ ਸਮੇਂ ਤੇ, ਮੇਰੇ ਖਿਆਲ ਫੋਲਡਿੰਗ ਕਾਰਾਂ ਬਣਾ ਦੇਣਗੇ। ਪਾਰਕਿੰਗ ਦਾ ਕਾਰਾ ਤੁਹਾਨੂੰ ਪਤਾ ਵੀ ਜਾਂ ਤਾਂ ਕੋਈ ਉਡਣ ਵਾਲੀਆਂ ਕਾਰਾਂ ਹੋਣਗੀਆਂ ਤੇ ਜਾਂ ਫਿਰ ਫੋਲਡ ਹੋਣ ਵਾਲੀਆਂ, ਤੇ ਫੋਲਡ ਹੋਣ ਵਾਲੀਆਂ, ਚਲੋ ਕੋਈ ਨਾ ਕੋਈ ਸਿਸਟਮ ਤਾਂ ਹੋਣਾ ਹੀ ਆ, ਪਰ ਇਹ ਜਿਹੜੀ ਸਾਇੰਸ ਆ ਨਾ, ਸਾਇੰਸ ਨੇ ਤਾਂ ਅੱਗੇ ਬਦਲਣਾ ਹੀ ਬਦਲਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਮਿਹਰਬਾਨੀ ਜੀ ਧੀਰ ਸਾਹਿਬ, ਬਹੁਤ ਮਿਹਰਬਾਨੀ, ਮੈਂ ਬ੍ਰੇਕ ਦਾ ਸਮਾਂ ਹੋ ਗਿਆ, ਕਾਲ ਅੱਗੇ ਨਹੀਂ ਲੈ ਹੋਣੀ, ਕਾਲਾਂ ਤੁਹਾਡੀਆਂ ਤੜਾ ਤੜ ਭਰੀਆਂ ਪਈਆਂ ਨੇ, ਪਰ ਫਿਲਹਾਲ ਇੱਕ ਬ੍ਰੇਕ ਲੈਣੀ ਪਏਗੀ, ਦੇਖਦੇ ਰਹੋ ਜਸ ਪੰਜਾਬੀ। ਬਾਅਦ ਹਾਜ਼ਰ ਹੈ ਜੀ, ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸ ਚੱਲਦੇ, ਪਰ ਉਸ ਤੋਂ ਪਹਿਲਾਂ ਮੈਂ ਜਾਣਕਾਰੀ ਦੇ ਦੇਵਾਂ, ਜਿਹੜੀ ਸਾਡੀ ਪਹਿਲੀ ਕਾਲ ਜਗਪਾਲ ਸਿੰਘ 605 ਏਰੀਏਕੋਡ ਤੋਂ ਆਈ ਸੀ, ਉਹਨਾਂ ਨੇ ਪੰਜਾਬ ਦੀ ਭਾਰਤ ਦੀ ਗੱਲ ਕੀਤੀ ਸੀ, ਉੱਥੇ 5 ਮਿਲੀਅਨ ਲੋਕਾਂ ਨੂੰ ਖਤਰਾ ਹੋ ਸਕਦਾ, ਪਰ ਸਭ ਦੀ ਜਾਣਕਾਰੀ ਵਾਸਤੇ ਇਹ ਜਿਹੜੀ ਹੈਗੀ ਆ ਗੱਲ, ਜਿਹੜੇ ਅੰਕੜੇ ਨੇ ਇਹ ਉਹ ਇਹ ਨੇ ਕਿ ਭਾਰਤ ਦੇ ਵਿੱਚ ਸਭ ਤੋਂ ਘੱਟ ਪ੍ਰਭਾਵ ਪਿਆ, ਅਗਰ ਕੋਰੋਨਾ ਵਾਇਰਸ ਦੀ ਗੱਲ ਕਰੀਏ, ਸਭ ਤੋਂ ਕੇਸ ਜਿਹੜੇ ਸਭ ਤੋਂ ਘੱਟ ਭਾਰਤ ਵਿੱਚ ਆਏ ਨੇ, ਭਾਰਤ ਵਾਸਤੇ ਚੰਗੀ ਗੱਲ ਹੈ। ਇਹ ਇੱਕ ਜਿਵੇਂ ਅਸੀਂ ਉਹ ਬੱਚਾ ਬੋਰ ਦੇ ਵਿੱਚ ਡਿੱਗਿਆ ਸੀ ਤਾਂ ਇਮਿਊਨ ਸਿਸਟਮ ਇੰਨਾ ਹੈਵੀ ਸੀਗਾ ਕਿ ਉਹਨੇ ਕੁਛ ਖਾਧੇ ਨਾ ਖਾਧੇ ਬਿਨਾ ਇੰਨੀ ਦੇਰ ਕੱਟ ਗਿਆ ਸੀ, ਸੋ ਮੈਂ ਸਮਝਦਾ ਭਾਰਤ ਦੇ ਵਿੱਚ ਇਹਦਾ ਖਤਰਾ ਘੱਟ ਹੈ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ। ਆਪਾਂ ਮੇਰੇ ਖਿਆਲ ਪਹਿਲਾਂ ਵੀ ਜ਼ਿਕਰ ਕੀਤਾ ਸੀ, 50 ਸਾਲ ਬਾਅਦ ਦੁਨੀਆ ਕਿਹੋ ਜਿਹੀ ਹੋਊਗੀ, ਅਤੇ ਇੱਕ ਤਾਂ ਜਿਹੜੇ ਮੈਂ ਪੜ੍ਹ ਰਿਹਾ ਸੀ ਅੰਕੜੇ ਉਹ ਇਹ ਸੀਗੇ ਕਿ ਇਹ ਨੌਕਰੀਆਂ 50% ਖਤਮ ਹੋਣਗੀਆਂ, 20 ਗੁਣਾ ਭੀੜ ਵੱਧ ਜਾਏਗੀ, ਹਾਂਜੀ, ਕਾਰ ਜਿਹੜੀ ਹੈ ਉਹ 360 ਡਿਗਰੀ ਨਾਲ ਮੁੜਨ ਵਾਲੀ ਆ ਜਾਏਗੀ ਤਾਂ ਕਿ ਪਾਰਕਿੰਗ ਦੀ ਸਮੱਸਿਆ ਜਿਹੜੀ ਹੱਲ ਹੋਵੇ। ਨਹੀਂ, ਆਪਾਂ ਆਪਣੇ ਬਾਬੇ ਨੂੰ ਪੜ੍ਹ ਲਈਏ, ਬਾਬਾ ਕਹਿੰਦਾ ਜਾ ਕਰਤਾ ਸਿਆਟੀ ਤੋਂ ਸਾਜੇ ਆਪੇ ਜਾਣੇ ਸੋਈ, ਨਾਨਕ ਚਿੰਤਾ ਮਤ ਕਰੋ ਚਿੰਤਾ ਕਰਤੇ ਹੀ ਜੱਗ ਮੈਂ ਜਾਣਤੇ ਪਾਏ, ਕਿਤਨਾ ਵੀ ਰੋਜੀ ਦੇ ਭਾਈ, ਚਿੰਤਾ ਦੀ ਲੋੜ ਨਹੀਂ, ਬੰਦਾ ਇੱਕ ਸਾਲ ਆ, ਕੀ ਪਤਾ ਸਵੇਰ ਨੂੰ ਆਪਾਂ ਉੱਠਣਾ ਕਹਿੰਦੇ ਉੱਠਣਾ ਐਵੇਂ 50 ਸਾਲ ਦੀਆਂ ਪੀੜਾਂ ਵਧੀ ਜਾਈਏ, ਘੁੰਮਣਾ ਫਰਕ ਤਾਂ ਪੈਣਾ ਮੇਰੇ ਖਿਆਲ, ਉਦੋਂ ਬੰਦੇ ਏਦਾਂ ਦੇ ਆ ਜਾਣੇ ਪਏ, ਆਪਾਂ ਜਿੱਦਾਂ ਹੁਣ ਅਮਰੀਕਾ ਨੂੰ ਆਇਆ ਕਰਨ, ਉੱਥੇ ਛਾਲ ਮਾਰਿਆ ਕਰਨ, ਆਪਾਂ ਥੱਲੇ ਉਪਰਿਆ ਕਰਨਾ, ਪਰ ਅਸੀਂ ਆ ਚੀਜ਼ਾਂ ਸਾਹਮਣੇ ਹੋਣ ਦੇ ਬਾਵਜੂਦ ਵੀ ਨਹੀਂ ਹਟਦੇ, ਬਾਕੀ ਜਿਹੜਾ ਉਹ ਇੰਡੀਆ ਦੀ ਫਿਕਰ ਕਰਦਾ ਨਾ ਭਾਜੀ, ਇੰਡੀਆ ਨੂੰ ਕੁਛ ਨੀ ਹੋਣਾ, ਉਹ ਕਾਗਜ਼ਾਂ ਚ 130 ਕਰੋੜ ਆ, ਉੱਥੇ 170-180 ਕਰੋੜ ਦੀ ਵਾਧੀ ਆ ਇਸ ਵੇਲੇ, ਅੱਛਾ ਵਧੀ ਹੋਈ ਹੈ, ਹਾਂਜੀ, ਉਹ ਕੌੜੇ ਨੀ ਹੋਈ ਜਿਹੜੀ ਬਾਕੀ ਉਰਦਿਆਂ ਤੁਰੇ ਫਿਰਦੇ, 170-180 ਕਰੋੜ ਦੀ ਇਸ ਵੇਲੇ ਵਾਧੀ ਇੰਡੀਆ ਚ ਵੈਲ ਆ, ਅੱਛਾ ਜੀ, ਚਲੋ ਸਵਾਗਤ ਹੈ ਜੀ ਤੁਹਾਡਾ। ਬਸ ਵੀਰੇ, ਪਹਿਲੇ ਗੱਲ ਤੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦੀਆਂ ਦਿੰਦਾ ਕਿ ਤੁਸੀਂ ਇੰਨੀ ਐਫਰਟਸ ਕਰਕੇ ਕਿ ਜਿੱਥੇ ਪਹੁੰਚੇ ਮਹਾਰਾਜ ਤੁਹਾਨੂੰ ਕਾਮਯਾਬੀ ਦੇਵੇ ਜੀ, ਵਾਹਿਗੁਰੂ ਦੀ ਕਿਰਪਾ ਜੀ, ਤੇ ਪੰਜਾਬੀਆਂ ਦਾ ਆਸ਼ੀਰਵਾਦ ਆ ਜੀ। ਮੈਂ ਕਹਿੰਦਾ ਚੜ੍ਹਦੀ ਕਲਾ ਹੀ ਰਹੂਗੀ ਮੇਰੇ ਵੀਰ, ਕੋਈ ਗੱਲ ਨਹੀਂ ਹੈ। ਮੈਂ ਵੀਰ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਸੀਗਾ ਜੀ, ਦੇਖੋ
ਇੱਕ ਸੁਲਝੇ ਇਨਸਾਨ ਦੇ ਵਿੱਚ ਤੇ ਇੱਕ ਆਮ ਇਨਸਾਨ ਦੇ ਵਿੱਚ ਬਹੁਤ ਫਰਕ ਹੁੰਦਾ ਆ ਜੀ। ਠੀਕ ਹੈ ਨਾ ਜੀ ਡਾਕਟਰ ਸਾਹਿਬ। ਹੁਣ ਦੇਖੋ ਤੁਸੀਂ ਇੰਨੇ ਸਹਿਜ ਨਾਲ ਅਵਸਥਾ ਦੇ ਨਾਲ ਇੰਨੇ ਪਿਆਰ ਨਾਲ ਬੋਲ ਰਹੇ ਹੋ, ਉਹ ਗੱਲ ਸੁਣਨ ਨੂੰ ਨਹੀਂ ਤਿਆਰ ਬੰਦਾ। ਨਹੀਂ ਚਲੋ ਆਪੋ ਆਪਣੇ ਵਿਚਾਰ ਹੁੰਦੇ ਮੈਂ ਵੈਸੇ ਗੱਲ ਕਰ ਰਿਹਾ, ਜ਼ਰੂਰ ਦੱਸੋ ਸਾਡੇ ਦਰਸ਼ਕ ਇੱਕ ਅਨਪੜਤਾ। ਔਰ ਦੇਖੋ ਹੁਣ ਇਹ ਇਹਦੀ ਕਰੋਨਾ ਦੀ ਗੱਲ ਕਰਦੇ ਨਾ ਜੀ, ਮੈਂ 10 ਘੰਟੇ ਨਿਊਜ਼ ਦੇਖਦਾ ਜੀ, ਔਰ ਇਹ ਜਿਹੜੀ ਇਹ ਉਹਦੀ ਤੁਸੀਂ ਉਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਕੋਈ ਤੁਸੀਂ ਕੋਈ ਬਿਨਾਂ ਉਹਦੇ ਪ੍ਰੂਫ ਦੇ ਜਾਂ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਤੁਸੀਂ ਗੱਲ ਨਹੀਂ ਕਰ ਸਕਦੇ। ਪੀਪਲ ਆਰ ਕੁਐਸਚਨਿੰਗ, ਹਰ ਬੰਦਾ ਤੁਹਾਨੂੰ ਸਵਾਲ ਕਰ, ਤੁਸੀਂ ਜਵਾਬਦਾਰ ਹੋ ਜਿਹੜੀ ਕੋਈ ਗੱਲ ਕਹਿੰਦੇ ਹੋ ਜੀ, ਬਿਲਕੁਲ ਨੈਸ਼ਨਲ ਇੰਟਰਨੈਸ਼ਨਲ ਟੀਵੀ ਦੇ ਉੱਪਰ ਜੀ ਬਿਲਕੁਲ, ਇੱਥੇ ਮਿੰਟ ਤੋਂ ਪਹਿਲੇ ਬੰਦੇ ਨੂੰ ਅੰਦਰ ਕਰਾਉਂਦੇ ਆ ਜੀ ਡਾਕਟਰ ਸਾਹਿਬ, ਬਿਲਕੁਲ ਸਹੀ। ਇਹ ਗੱਲਾਂ ਉਹ ਕਰਦੇ ਨੇ ਜਿਹੜੀਆਂ ਬਸ ਉੱਥੇ ਚੌਂ ਬੰਦਿਆਂ 'ਚ ਬੈਠੇ ਉਹਨਾਂ ਨੇ ਗੱਲ ਕੀਤੀ ਸੀ, ਚੱਕ ਕੇ ਉਹ ਉੱਪਰ ਗੱਲ ਨਹੀਂ ਕਰਨੀ ਚਲੇ। ਨਹੀਂ ਲੌਜਿਕ ਹੋਣਾ ਚਾਹੀਦਾ, ਮੈਂ ਤਾਂ ਕਿਹਾ ਤੁਸੀਂ ਜਾਣਕਾਰੀ ਦਿਓ ਸਾਡੇ ਦਰਸ਼ਕ ਜਿਹੜੇ ਕੋਈ ਗੱਲ। ਨਹੀਂ ਵੀਰ ਮੈਂ ਤਾਂ ਇੱਕ ਛੋਟੀ ਜਿਹੀ ਮਿਸਾਲ ਦੇਣ ਲੱਗਾ, ਦੇਖੋ ਇੱਕ ਤੁਸੀਂ ਘਰ ਦੇ ਹੈੱਡ ਹੈ ਕੋਈ ਫੈਮਿਲੀ ਦੇ, ਰਾਈਟ, ਤੁਸੀਂ ਚਾਹੋਗੇ ਕਿ ਮੇਰੇ ਪਰਿਵਾਰ ਨੂੰ ਕੋਈ ਦਿੱਕਤ ਆਵੇ? ਨਾ ਜੀ ਨਾ, ਬਿਲਕੁਲ। ਇੱਕ ਕੰਟਰੀ ਵਾਲਾ ਜਿਹਨੇ ਚਾਰ ਬੱਚੇ ਨਹੀਂ ਸੰਭਾਲੇ ਜਾਂਦੇ, ਉਹ ਮੁਲਕ ਸੰਭਾਲਣ ਡਏ ਆ ਜੀ, ਬਿਲਕੁਲ। ਦੇ ਆਰ ਟ੍ਰਾਈਂਗ ਟੂ ਡੂ ਦੀ ਬੈਸਟ ਜੀ, ਬਿਲਕੁਲ। ਸਾਡੇ ਕੈਨੇਡਾ ਦੇ ਵਿੱਚ $20 billion ਜਸਟਿਨ ਟਰੂਡੋ ਨੇ ਅਨਾਉਂਸ ਕਰਤੇ ਆ ਵੀ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਬਾਹਰੋਂ ਆਉਣਾ ਆ, ਉਹਨਾਂ ਨੂੰ ਤਕਲੀਫ ਆ, ਉਹਨਾਂ ਦੇ ਖਾਣੇ ਪੀਣੇ ਦੀ ਜਿੱਦਾਂ ਵੀ ਉਹਨਾਂ ਦਾ ਲੌਸ ਹੁੰਦਾ, ਹਰ ਬੰਦੇ ਨੂੰ $5,000 ਦਿੱਤਾ ਜਾਊਗਾ। 18 ਦੀ ਲਾਸਟ 30 ਮਿੰਟ ਦਿੱਤੀ ਹੈਗੀ ਆ, ਬਹੁਤ ਵੱਡੀ ਐਫਰਟਸ ਹੈ ਭਾਰਤ ਦੇ ਵਿੱਚ ਅਜਿਹਾ ਕੋਈ ਉਪਰਾਲਾ ਨਹੀਂ। ਹਰ ਕੰਟਰੀ ਮੇਰੇ ਵੀਰ ਅੱਡੀਆਂ ਨਾਲ ਜ਼ੋਰ ਲਾ ਰਹੇ ਹੈਗੇ ਆ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਇਹ ਇਹਨਾਂ ਨੂੰ ਇੰਨੀ ਇਹਨਾਂ ਨੂੰ ਹੈਗੀ ਆ ਤੇ ਲੈਟ ਹਿਮ ਸਪੀਕ ਟੂ ਇੰਡੀਅਨ ਡੈਲੀਗੇਸ਼ਨ ਜੀ ਜੀ, ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਬੜਕਾ ਮਾਰਦੇ ਇੱਥੇ ਬਿਨਾਂ ਮਤਲਬ ਤੋਂ, ਤੁਸੀਂ ਜਿਹੜਾ ਬੰਦਾ ਇੰਨੀ ਐਫਰਟਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ, ਤੁਸੀਂ ਉਹਦਾ ਵੀ ਮਾਹੌਲ ਖਰਾਬ ਕਰਦੇ ਹੋ। ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਜੀ, ਬਹੁਤ ਮਿਹਰਬਾਨੀ। ਅੱਗੇ ਕਾਲ ਜਿਹੜੀ ਹੋਰ ਨਹੀਂ ਲੈ ਹੋਣੀ, ਕਿਉਂਕਿ ਬ੍ਰੇਕ ਦਾ ਸਮਾਂ ਤਕਰੀਬਨ ਲੰਘ ਗਿਆ। ਬ੍ਰੇਕ ਤੋਂ ਬਾਅਦ ਕਾਲਾਂ ਕੋਈ ਨਹੀਂ ਲੈ ਹੋਏਗੀ, ਮੈਂ ਪਹਿਲਾਂ ਦੱਸ ਦੂੰ ਕਾਲਾਂ ਤੁਹਾਡੀਆਂ ਕਾਫੀ ਹਜੇ ਹੈਗੀਆਂ ਨੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਸਮਾਂ ਖਤਮ ਹੈ, ਪਰ ਜਾਣ ਤੋਂ ਪਹਿਲਾਂ ਫਿਰ ਇੱਕ ਵਾਰੀ ਮੈਂ ਤੁਹਾਡੇ ਬੇਨਤੀ ਕਰਨੀ ਚਾਹੁੰਦਾ ਚਰਨਾਂ ਦੇ ਵਿੱਚ, ਇੱਕ ਤਾਂ ਮਰਦਮਸ਼ੁਮਾਰੀ ਜਿਹੜੀ ਹੋ ਰਹੀ ਉਹ 'ਚ ਨਾਮ ਆਪਣਾ ਦਰਜ ਕਰਾਈਏ। ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਘਰਾਂ ਵਿੱਚ ਫਾਰਮ ਆਉਂਦੇ ਨੇ, ਭਰ ਕੇ ਭੇਜਣੇ ਨੇ, ਵਧੀਆ ਆਈਡੀਆ ਹੈਗਾ। ਆਮ ਤੌਰ 'ਤੇ ਅਸੀਂ ਦੇਖ ਕੇ ਵੀ ਜਿਹੜੀ ਸਾਡੀ ਕੰਮ ਦੀ ਚਿੱਠੀ ਹੈਗੀ ਆ ਉਹ ਰੱਖ ਲੈਂਦੇ, ਬਾਕੀ ਜਿਹੜੀ ਬਿਨਾਂ ਆਪਣੇ ਪਾੜ ਦਿੰਦੇ ਹਾਂ, ਪਾੜੋ ਨਾ ਉਹਨੂੰ ਭਰ ਕੇ ਜ਼ਰੂਰ ਵਾਪਸ ਭੇਜੋ। ਅਤੇ ਔਨਲਾਈਨ ਜਾ ਕੇ ਵੀ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ, ਬੱਚਿਆਂ ਕੋਲੋਂ ਤੁਸੀਂ ਪੁੱਛ ਸਕਦੇ ਹੋ। ਦੂਜੀ ਗੱਲ ਬੇਨਤੀ ਮੈਂ ਇਹ ਕਰਨੀ ਚਾਹੁੰਦਾ, ਇਹ ਜ਼ਰੂਰੀ ਨਹੀਂ ਕਿ ਅਸੀਂ ਪ੍ਰੋਗਰਾਮ ਕਰਦੇ ਕਿ ਸਾਨੂੰ ਸਾਰੀ ਜਾਣਕਾਰੀ, ਸਾਨੂੰ ਦੁਨੀਆ ਦੀ ਜਾਣਕਾਰੀ ਇਕੱਠੀ ਹੋ ਗਈ, ਸਾਨੂੰ ਸਭ ਕੁਝ ਪਤਾ, ਬਹੁਤ ਸਾਰੀਆਂ ਜਾਣਕਾਰੀਆਂ ਸਾਡੇ ਕੋਲ ਮਿਸ ਵੀ ਹੋ ਸਕਦੀਆਂ। ਸੋ ਇੱਕ ਤਾਂ ਇਹ ਹੈ ਵੀ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤੱਥਾਂ ਭਰਪੂਰ, ਤੱਥ ਤੋਂ ਭਾਵ ਕਿ ਪੱਕਾ ਪਤਾ ਵੀ ਇਹ ਜਾਣਕਾਰੀ ਹੈਗੀ। ਇਹ ਨਹੀਂ ਕਿ ਸੋਸ਼ਲ ਮੀਡੀਆ 'ਤੇ ਆਪਾਂ ਪੜ੍ਹਿਆ ਜੇ ਫਲਾਨੀ ਜਗ੍ਹਾ ਇੰਨੇ ਮਾਰ ਗਏ ਤਾਂ ਫਲਾਨਾ ਹੋ ਗਿਆ ਤਾਂ ਅਸੀਂ ਉਹ ਕਰਤਾ। ਪੱਕੀ ਜਾਣਕਾਰੀ ਹੋਵੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਪੂਰੀ ਦੁਨੀਆਂ ਦੇ ਵਿੱਚ ਬੈਠੇ ਦਰਸ਼ਕ ਦੇਖਦੇ ਨੇ ਪ੍ਰੋਗਰਾਮ, ਉਹਨਾਂ ਨਾਲ ਸਾਂਝੀ ਕਰੋ। ਬਾਕੀ ਦੂਜੀ ਗੱਲ ਇਹ ਹੈ ਕਿ ਆਪੋ ਆਪਣੇ ਵਿਚਾਰ ਹੁੰਦੇ ਹੈ, ਕਿਸੇ ਦੇ ਵਿਚਾਰਾਂ ਨਾਲ ਕੋਈ ਸਹਿਮਤ ਹੁੰਦਾ, ਕਿਸੇ ਨਾਲ ਨਹੀਂ ਹੁੰਦਾ। ਸਭ ਖੁਸ਼ ਰਹੋ, ਰੱਬ ਰਾਖਾ ਸਭ ਦਾ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ। ਅਤੇ ਉਮੀਦ ਕਰਦਾ ਇਹਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਨਾਲ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ 209-450-33-62। ਇਹ 'ਤੇ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ, ਕਿਸੇ ਸਮੇਂ ਵੀ ਕਾਲ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।